ਜਿੱਦਣ ਗੁਰੂ ਦੀ ਨਦਰ ਕਿਰਪਾ ਹਟ ਜਾਏ, ਇਹ ਹਕੀਕਤ ਹੈ, ਬੰਦੇ ਦੇ ਗੁਣ ਵੀ ਔਗਣਾਂ ਵਿੱਚ ਤਬਦੀਲ ਹੋ ਜਾਂਦੇ ਨੇ। ਉਹ ਚੰਗਾ ਕੰਮ ਵੀ ਕਰੇ ਮਾੜਿਆਂ 'ਚ ਗਿਣਿਆ ਜਾਂਦਾ। ਜਿੰਨੀ ਦੇਰ ਨਜ਼ਰ ਹੈ ਉਹਦੇ ਮਾੜੇ ਉੱਤੇ ਵੀ ਲੋਕਾਂ ਦੀ ਨਜ਼ਰ ਨਹੀਂ ਜਾਂਦੀ। ਜਦੋਂ ਗੁਰੂ ਦੀ ਨਜ਼ਰ ਹਟ ਜਾਏ ਉਹਦੇ ਚੰਗਿਆਂ ਵੱਲ ਲੋਕਾਂ ਦਾ ਧਿਆਨ ਨਹੀਂ, ਉਹਦੇ ਸਾਧ ਸੰਗਤ ਚੰਗੇ ਕੰਮ ਵੀ ਮੰਦੇ ਕੰਮਾਂ 'ਚ ਗਿਣੇ ਜਾਣਗੇ। ਇਸ ਲਈ ਆਪਾਂ ਗੁਰੂ ਦੀ ਮੱਤ ਸਿੱਖਣ ਵਾਸਤੇ ਆਏ ਹਾਂ। ਇੱਕ ਬੰਦਾ, ਉਹਦਾ 4 ਸਟੇਟਾਂ ਵਿੱਚ ਕਾਰੋਬਾਰ ਹੈ, ਮੈਂ ਕਈ ਵਾਰ ਕਥਾ ਸੁਣਾਉਂਦਾ, ਉਹਦਾ 4 ਸਟੇਟਾਂ ਵਿੱਚ ਕਾਰੋਬਾਰ ਹੈ, ਵਿਦੇਸ਼ਾਂ ਵਿੱਚ ਵੀ ਹੋਏਗਾ, ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਔਰ ਪੈਸਾ ਵੱਧ ਹੋਣ ਕਰਕੇ ਉਹਨੂੰ ਕਿਸੇ ਵੱਡੀ ਸੰਸਥਾ ਦਾ ਮੁਖੀ ਲਾ ਦਿੱਤਾ। ਇਹ ਜਦੋਂ ਦਾ ਸਾਡੀ ਕੌਮ ਵਿੱਚ ਇਹ ਕੰਮ ਚੱਲਿਆ ਨਾ, ਵੀ ਗੁਣਵਾਨ ਬੰਦੇ ਛੱਡ ਕੇ, ਸਮਝਦਾਰ ਬੰਦੇ ਛੱਡ ਕੇ, ਖੋਜੀ ਬੰਦੇ ਛੱਡ ਕੇ, ਕਿਸੇ ਦਾ ਗੁਣ ਅਤੇ ਗਿਆਨ ਛੱਡ ਕੇ, ਉਹਦੀ ਸਮਝਦਾਰੀ, ਉਹਦੀ ਖੋਜ ਨੂੰ ਪਰੇ ਰੱਖ ਕੇ ਸਿਰਫ ਖੁਸ਼ਾਮਤੀ ਅਤੇ ਪੈਸੇ ਵਾਲੇ ਬੰਦਿਆਂ ਨੂੰ ਮੁਖੀ ਬਣਾਉਣਾ ਸ਼ੁਰੂ ਕੀਤਾ, ਉਦੋਂ ਤੋਂ ਪੰਥ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਈ ਹੈ। ਅਸੀਂ ਵੇਖੇ ਇਹਦੇ ਕੋਲ ਪੈਸੇ ਜ਼ਿਆਦਾ, ਇਹਨੂੰ ਪ੍ਰਧਾਨ ਬਣਾ ਦਿਓ। ਇਹ ਕੋਈ ਪੈਮਾਨਾ ਨਹੀਂ ਹੈ ਵੀ ਕਿਸੇ ਧਾਰਮਿਕ ਸੰਸਥਾ ਦਾ ਉਹ ਬੰਦੇ ਨੂੰ ਪ੍ਰਧਾਨ ਲਾ ਦਿਓ ਜਿਹਦੇ ਕੋਲ ਪੈਸਾ ਜ਼ਿਆਦਾ। ਇਹ ਬਹੁਤਾਤ ਵਿੱਚ ਪਿੰਡਾਂ 'ਚ ਹੁੰਦਾ, ਜਿਹਦੇ ਕੋਲ ਪੈਸਾ ਜ਼ਿਆਦਾ ਜੀ ਇਹਨੂੰ ਪ੍ਰਧਾਨ ਬਣਾ ਦਿਓ ਜੀ ਗੁਰਦੁਆਰੇ ਦਾ। ਔਰ ਜਦੋਂ ਉਸ ਬੰਦੇ ਨੂੰ ਵੱਡੀ ਸੰਸਥਾ ਦਾ ਮੁਖੀ ਲਾ ਦਿੱਤਾ, 65 ਸਾਲ ਦੀ ਉਮਰ ਹੈ, ਇੱਥੇ ਬੰਦਾ ਕੋਈ ਮਾਣ ਨਹੀਂ ਕਰ ਸਕਦਾ ਕਿ ਨਹੀਂ ਜੀ ਮੈਂ ਤਾਂ ਸਿਆਣਾ, ਹੁਣ ਤਾਂ ਮੇਰੀ ਚਿੱਟੀ ਦਾੜੀ ਹੈ, ਮੇਰੇ ਕੋਲ ਪੈਸਾ ਵੀ ਬਹੁਤ ਹੈ, ਹੁਣ ਤਾਂ ਮੈਂ ਸਿਆਣਾ, ਚਿੱਟੀ ਦਾੜੀ ਹੈ। 65 ਸਾਲ ਦੀ ਉਮਰ, ਉਸ ਬੰਦੇ ਕੋਲੋਂ ਇੱਦਾਂ ਦਾ ਕੁਕਰਮ, ਇੱਦਾਂ ਦੀ ਗਲਤੀ ਹੋਈ ਜਿਹੜੀ ਬਰਦਾਸ਼ਤ ਕਰਨ ਦੇ ਯੋਗ ਨਹੀਂ ਸੀ। ਉਹਦਾ ਆਪਣਾ 32 ਸਾਲ ਦਾ ਨੌਜਵਾਨ ਆਪਣੇ ਪਿਓ ਦੀ ਕਰਤੂਤ ਵੇਖ ਕੇ ਆਤਮ ਹੱਤਿਆ ਕਰ ਗਿਆ। ਵੱਡੇ ਵੱਡੇ ਬੰਦਿਆਂ ਕੋਲੋਂ ਵੱਡੀਆਂ ਵੱਡੀਆਂ ਗਲਤੀਆਂ ਹੁੰਦੀਆਂ ਨੇ, ਪਤਾ ਕਿਉਂ? ਬੰਦੇ ਦੀ ਮੱਤ 'ਤੇ ਬੁੱਧ ਧੋਖਾ ਦੇ ਜਾਂਦੀ ਹੈ। ਆਪਣੀ ਮੱਤ ਬੁੱਧ 'ਤੇ ਕੋਈ ਹੰਕਾਰ ਕਰੇ, ਇੱਕ ਦਿਨ ਬੁੱਧ ਭ੍ਰਿਸ਼ਟ ਹੋ ਜਾਂਦੀ ਹੈ, ਔਰ ਜੇ ਬੁੱਧ ਭ੍ਰਿਸ਼ਟ ਹੋ ਜਾਏ, ਇਹ ਸੱਚਾਈ ਹੈ, ਬੰਦੇ ਦਾ ਜੀਵਨ ਭ੍ਰਿਸ਼ਟ ਹੋ ਜਾਂਦਾ। ਇੱਥੇ ਆਪਾਂ ਕਿਉਂ ਬੈਠੇ ਹਾਂ? ਗੁਰੂ ਦੇ ਕੋਲੋਂ ਮੱਤ ਸਿੱਖਣ ਵਾਸਤੇ ਆਏ ਹਾਂ, ਗੱਲਾਂ ਕਰਨ ਵਾਸਤੇ ਨਹੀਂ ਆਏ। ਤਾਂਹੀਓ ਪਾਤਸ਼ਾਹ ਨੇ ਕਿਹਾ, ਗੁਰੂ ਦੇ ਕੋਲ ਆ ਕੇ ਆ ਚਾਰ ਚੀਜ਼ਾਂ ਸ਼ੁੱਧ ਹੁੰਦੀਆਂ ਨੇ। ਗੁਰੂ ਕੋਲ ਆ ਕੇ ਚਾਰ ਚੀਜ਼ਾਂ ਘੜੀਆਂ ਜਾਂਦੀਆਂ ਨੇ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਜਿਹਦੀ ਘਾੜਤ ਗੁਰੂ ਘੜਦਾ, ਸਾਧ ਸੰਗਤ ਤੋਂ ਘਾੜਤ ਉਪਮਾ ਤੋਂ ਰਹਿਤ ਹੁੰਦੀ ਹੈ, ਉਹਦੀ ਕੋਈ ਵਡਿਆਈ ਨਹੀਂ ਹੋ ਸਕਦੀ। ਸ਼ਰਮ ਖੰਡ ਕੀ ਬਾਣੀ ਰੂਪ, ਜਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਜੇ ਕੋਈ ਭਾਈ ਜਿਹਨੂੰ ਗੁਰੂ ਨੇ ਘੜਿਆ, ਉਹਦੀ ਮਹਿਮਾ ਪੂਰੀ ਨਹੀਂ ਕਹੀ ਜਾ ਸਕਦੀ, ਉਹ ਵਡਿਆਈ ਹੁੰਦੀ ਉਹਦੀ। ਫਿਰ ਮਹਾਰਾਜ, ਫਿਰ ਗੁਰੂ ਕੋਲ ਕੀ ਘੜਿਆ ਜਾਂਦਾ? ਸਾਹਿਬ ਕਹਿੰਦੇ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਪੜ੍ਹੋ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਇਹ ਚਾਰ ਚੀਜ਼ਾਂ ਗੁਰੂ ਕੋਲ ਆ ਕੇ ਸ਼ੁੱਧ ਹੁੰਦੀਆਂ ਨੇ, ਔਰ ਜੇ ਇਹਦੀ ਘਾੜਤ ਨਾ ਹੋਵੇ ਤਾਂ ਬੰਦੇ ਦੀ ਕੌਡੀ ਕੀਮਤ ਨਹੀਂ ਪੈਂਦੀ। ਜੇ ਕਿਸੇ ਦੀ ਮੱਤ ਬੁੱਧ ਗੁਰੂ ਦੀ ਕਿਰਪਾ ਨਾਲ ਨਾ ਘੜੀ ਜਾਵੇ, ਸਾਧ ਸੰਗਤ ਦੇਹੀ ਮਾਨਸ ਦੀ ਜ਼ਰੂਰ ਹੈ,
ਪਰ ਉਹਦੀ ਕੌਡੀ ਕੀਮਤ ਨਹੀਂ। ਜਿਹਦੀ ਮਨ ਮਤ ਬੁੱਧ ਗੁਰੂ ਦੁਆਰਾ ਘੜੀ ਨਹੀਂ, ਉਹਦਾ ਸਰੀਰ ਤਾਂ ਮਾਨਸਦਾ, ਪਰ ਪਾਤਸ਼ਾਹ ਨੇ ਨਿਰਣਾ ਦਿੱਤਾ ਕਰਤੂਤ ਪਸ਼ੂ ਕੀ, ਕੰਮ ਤੇਰੇ ਪਸ਼ੂਆਂ ਵਾਲੇ ਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਜੇ ਗੁਰੂ ਦੁਆਰਾ ਮਤ ਨਾ ਘੜੀ ਗਈ, ਆ ਸਰੀਰ ਦੀ ਕੌਡੀ ਕੀਮਤ ਨਹੀਂ, ਇਹ ਵਿਕਾਰਾਂ ਵੱਲ ਤੁਰ ਜਾਏਗਾ। ਇਸ ਲਈ ਗੁਰੂ ਕੋਲ ਘੜਿਆ ਜਾਣਾ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁਧ। ਭਾਈ ਗੁਰੂ ਦੇ ਕੋਲ ਆ ਕੇ ਮਨ ਮਤ ਤੇ ਬੁੱਧ ਘੜੀ ਜਾਂਦੀ ਹੈ। ਸੁਰਤ ਦਾ ਅਰਥ ਕੀ ਹੈ? ਭਾਂਡਾ ਜਿਹਦੇ ਵਿੱਚ ਵਸਤ ਟਿਕਣੀ ਹੈ। ਸੁਰਤ ਉਹ ਹੈ ਜਿਹਦੇ ਵਿੱਚ ਸ਼ਬਦ ਦਾ ਵਿਹਾਸ ਟਿਕਣਾ ਹੈ। ਸੁਰਤ ਉਹ ਹੈ ਜਿਹਦੇ ਵਿੱਚ ਸਾਧ ਸੰਗਤ ਸ਼ਬਦ ਦਾ ਵਾਸਾ ਹੋਣਾ। ਇਸ ਲਈ ਸ਼ਬਦ ਤੇ ਸੁਰਤ ਦਾ ਸੁਮੇਲ, ਸ਼ਬਦ ਔਰ ਸੁਰਤ ਦਾ ਮੇਲ। ਉਹ ਸੁਰਤ ਜਿਹਦੇ ਵਿੱਚ ਸ਼ਬਦ ਨੇ ਟਿਕਣਾ, ਸੁਰਤ ਇੱਕ ਭਾਂਡਾ ਸਮਝ ਲਓ। ਔਰ ਜੇ ਉਹ ਸੁਰਤੀ ਨਾ ਹੋਵੇ, ਜੇ ਸੁਰਤ ਦਾ ਮਹਾਰਾਜ ਨੇ ਜ਼ਿਕਰ ਕੀਤਾ, ਮਾਫ ਕਰਿਓ, ਉਹ ਸੁਰਤ ਕਰਕੇ ਆਪਾਂ ਸੰਸਾਰ ਵਿੱਚ ਤੁਰੇ ਫਿਰਨੇ, ਜੇ ਸੁਰਤ ਨਾ ਹੋਵੇ ਬੰਦੇ ਦੀ, ਆ ਜੀਵਨ ਖਤਮ ਹੋ ਜਾਏਗਾ। ਇਹਨੂੰ ਧਿਆਨ ਨਾਲ ਸੁਣਿਓ, ਤੁਹਾਡੀ ਸੁਰਤੀ ਵਿੱਚ ਤੁਹਾਨੂੰ ਯਾਦ ਹੈ ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ, ਤੁਹਾਡਾ ਪਿੰਡ ਪਤਾ ਕਿਹੜਾ ਹੈ। ਜਿਹਨਾਂ ਬੰਦਿਆਂ ਦੀ ਸੁਰਤ ਖਤਮ ਹੋ ਗਈ, ਉਹਨਾਂ ਨੂੰ ਮੈਡੀਕਲ ਸਾਇੰਸ ਨੇ ਮੈਂਟਲ ਕਿਹਾ, ਪਾਗਲ ਕਿਹਾ। ਪਾਗਲ ਬੰਦੇ ਨੂੰ ਕੋਈ ਪਤਾ ਨਹੀਂ ਉਹ ਕਿੱਥੋਂ ਆਇਆ। ਸਾਡੇ ਲੁਧਿਆਣੇ ਬੜੇ ਅਮੀਰ ਬੰਦੇ ਸੀ, ਉਹਨਾਂ ਦੀ ਮਾਤਾ ਪਾਗਲ ਹੋ ਗਈ, ਅਤੇ ਉਹਨੇ ਜਿੰਨੇ ਕੁ ਉਹਦੇ ਇੱਕ ਦੋ ਸੂਟ ਰੱਖੇ ਹੋਏ ਸੀ ਨਾ ਮਾਈ ਦੇ, ਉਹਦੇ ਉੱਤੇ ਪੱਕੀ ਉਹਨਾਂ ਨੇ ਸੂਟ ਦੇ ਬੈਕ ਸਾਈਡ 'ਤੇ ਕਢਾਈ ਕਰਾਈ ਹੋਈ ਸੀ, ਲਿਖਿਆ ਹੋਇਆ ਸੀ ਮੋਬਾਈਲ ਨੰਬਰ, ਤਾਂ ਜੋ ਜੇ ਮਾਤਾ ਕਿਤੇ ਘਰੋਂ ਦਰਵਾਜ਼ਾ ਖੁੱਲ੍ਹਾ ਬਾਹਰ ਨਿਕਲ ਗਈ, ਉਹਨੂੰ ਕੀ ਪਤਾ ਮੈਂ ਕੌਣ ਹੈ। ਉਹਦੇ ਝੱਗੇ 'ਤੇ ਮੋਬਾਈਲ ਨੰਬਰ ਹਰੇਕ ਉੱਤੇ ਉਹਨੇ ਸੂਈ ਨਾਲ ਕਢਾਈ ਕਰਾਈ ਹੋਈ ਸੀ, ਪੱਕਾ ਛੁਪਾਇਆ ਹੋਇਆ ਸੀ ਵੀ ਇਹਦਾ ਮੋਬਾਈਲ ਨੰਬਰ ਪੜ੍ਹ ਕੇ ਫੋਨ ਕਰ ਦੇਣਗੇ ਵੀ ਤੁਹਾਡੀ ਮਾਤਾ ਇੱਥੇ ਘੁੰਮਦੀ ਹੈ। ਕਈ ਵਾਰ ਉਹ ਮਾਤਾ ਨੂੰ ਉਹਨਾਂ ਨੇ ਪੰਜ ਪੰਜ ਛੇ ਛੇ ਕਿਲੋਮੀਟਰ ਦੂਰੋਂ ਕਿਸੇ ਨੇ ਫੋਨ ਕਰਨਾ, ਭਾਈ ਇਹ ਢੋਲੇ ਵਾਲ ਚੌਂਕ ਘੁੰਮਦੀ ਹੈ, ਆਹ ਤੁਹਾਡੀ ਮਾਤਾ ਹੈ, ਫਿਰ ਉਹਨੇ ਉੱਥੋਂ ਲੈ ਕੇ ਆਉਣਾ। ਜਦੋਂ ਕਦੇ ਦਰਵਾਜ਼ਾ ਖੁੱਲ੍ਹਾ ਰਹਿ ਗਿਆ, ਉਹ ਬਾਹਰ ਨਿਕਲ ਜਾਂਦੀ ਸੀ ਵਿਚਾਰੀ, ਉਹਦੀ ਸੁਰਤ ਨਹੀਂ ਹੈ, ਉਹ ਕਿੱਥੇ। ਸੁਰਤ ਕਰਕੇ ਸਭ ਕੁਝ ਹੈ। ਇਹਦੇ ਬਾਰੇ ਪਾਤਸ਼ਾਹ ਨੇ ਮਾਣੀ ਅੰਦਰ ਬਚਨ ਕਹੇ, ਹਜ਼ੂਰ ਕਹਿੰਦੇ ਨੇ ਭਾਈ ਆਹ ਜਿਹੜਾ ਤੇਰਾ ਸਰੀਰ ਰੱਬ ਨੇ ਬਣਾਇਆ, ਇਹ ਮਿੱਟੀ ਤੇ ਪਾਣੀ ਤੋਂ ਘੜਿਆ ਹੋਇਆ, ਇਹਦੀ ਕੋਈ ਕੀਮਤ ਨਹੀਂ ਹੈ। ਕਾਹਤੋਂ ਬਣਿਆ? ਮਿੱਟੀ ਤੇ ਪਾਣੀ ਤੋਂ ਤਿਆਰ ਕੀਤਾ। ਇਹਨੂੰ ਹਜ਼ੂਰ ਬਚਨ ਕਹਿੰਦੇ ਨੇ ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾ ਲੈ ਦਿਹਰਾ ਕਰਿਆ। ਕਹਿੰਦੇ ਪਾਣੀ ਤੇ ਮਿੱਟੀ ਦਾ ਘੜਿਆ ਨਾ, ਮਿੱਟੀ ਦਾ ਸਰੀਰ ਬਣਿਆ, ਭਾਵ ਪੰਜ ਤੱਤਾਂ ਤੋਂ ਮਾਤਾ ਦੇ ਗਰਭ ਵਿੱਚ ਤੇਰਾ ਸਰੀਰ ਤਿਆਰ ਹੋਇਆ, ਇੱਕ ਪਾਣੀ ਦੀ ਬੂੰਦ ਤੋਂ, ਇੱਕ ਪਾਣੀ ਦੀ ਬਿੰਦ ਤੋਂ ਤੇਰਾ ਸਰੀਰ ਤਿਆਰ ਹੋਇਆ। ਹੁਣ ਸੋਨੇ ਦੇ ਵਿੱਚ ਕੀਮਤੀ ਚੀਜ਼ ਕੀ ਹੈ? ਸਰੀਰ ਦੀ ਕੀਮਤ ਕਦੋਂ ਹੈ? ਜਦੋਂ ਸੁਰਤ ਸਹੀ ਕੰਮ ਕਰਦੀ ਹੈ। ਜੇ ਸੁਰਤ ਸਹੀ ਨਹੀਂ ਕੰਮ ਕਰਦੀ, ਸਰੀਰ ਦੀ ਕੋਈ ਕੀਮਤ ਨਹੀਂ ਹੈ। ਇੱਕ ਵਾਰ ਇੱਕ ਈਸਾਈ ਪ੍ਰਚਾਰਕ, ਪੜ੍ਹੀ ਲਿਖੀ ਲੇਡੀਜ਼ ਸੀ, ਉਹ ਕਨੇਡਾ ਟੋਰੰਟੋ ਇੱਕ ਗੁਰਦੁਆਰੇ ਵਿੱਚ ਰਿਸਰਚ ਕਰਨ ਆਏ,
ਕ੍ਰਿਸਚਨ ਸੀ ਉਹ, ਉਹਨੇ ਜਦੋਂ ਗੁਰਦੁਆਰਾ ਸਾਹਿਬ ਉਹਦੇ ਨਾਲ 8-10 ਉਹਦੇ ਜੂਨੀਅਰ ਬੰਦੇ, ਤਾਂ ਉਹਨੇ ਗੁਰਦੁਆਰਾ ਸਾਹਿਬ ਆ ਕੇ ਉੱਥੇ ਮੈਨੇਜਰ ਤੋਂ ਪੁੱਛਿਆ ਵੀ ਕੀ ਇੱਥੇ, ਤਾਂ ਉਹਨੇ ਇੰਗਲਿਸ਼ ਵਿੱਚ ਦੱਸਿਆ ਵੀ ਆਹ ਕੁਝ ਹੈ, 9 ਵਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਪਹਿਲਾਂ ਹੁਕਮਨਾਮਾ ਲਈਦਾ, ਫਿਰ ਨਿਤਨੇਮ ਹੁੰਦਾ, ਫਿਰ ਆਸਾ ਦੀ ਵਾਰ ਹੁੰਦੀ ਹੈ, ਫਿਰ ਜਿਹੜਾ ਹੁਕਮਨਾਮਾ ਆਵੇ ਉਹਦੀ ਕਥਾ ਹੁੰਦੀ ਹੈ, ਫਿਰ ਸਾਰਾ ਦਿਨ ਸੰਗਤ ਆਉਂਦੀ ਰਹਿੰਦੀ ਹੈ, ਸ਼ਾਮਾਂ ਨੂੰ ਰਹਿਰਾਸ ਦਾ ਪਾਠ ਕਰੀਦਾ, ਉਹਨੇ ਡਿਟੇਲ ਵਿੱਚ ਉਹਨੂੰ ਸਮਝਾਇਆ। ਤਾਂ ਅੰਗਰੇਜ਼ ਔਰਤ ਜਿਹੜੀ ਕ੍ਰਿਸਚਨ ਸੀ, ਬਹੁਤ ਪੜ੍ਹੀ ਲਿਖੀ, ਉਹ ਕਹਿੰਦੀ ਫਿਰ ਰਾਤ ਨੂੰ ਰਹਿਰਾਸ ਤੋਂ ਬਾਅਦ ਇਹ ਜੋ ਤੁਸੀਂ ਆਪਣਾ ਗੁਰੂ ਪ੍ਰਕਾਸ਼ ਕਰਦੇ ਹੋ, ਫਿਰ ਰਾਤੀ ਕਿੱਥੇ ਰੱਖਦੇ ਹੋ? ਉਹਨੇ ਕਿਹਾ ਜੀ ਆ ਜਾਓ, ਤੁਹਾਨੂੰ ਦਿਖਾ ਦਿੰਦੇ ਹਾਂ। ਜਦੋਂ ਰਾਤ ਸੁਖਾਸਣ ਕਰੀਦਾ, ਫਿਰ ਇੱਥੇ ਤਖ਼ਤ ਸਿੰਘਾਸਣ 'ਤੇ ਨਹੀਂ ਹੁੰਦੇ ਮਹਾਰਾਜ। ਕਹਿੰਦੀ ਫਿਰ ਕਿੱਥੇ ਹੁੰਦੇ ਆ? ਫਿਰ ਉਹਨੇ ਕਿਹਾ ਇੱਕ ਵੱਖਰਾ ਰੂਮ ਬਣਾਇਆ ਹੋਇਆ, ਉਹਨੂੰ ਐਂ ਇੰਗਲਿਸ਼ ਵਿੱਚ ਕਹਿ ਲਈ ਵੀ ਇਹ ਗੁਰੂ ਸਾਹਿਬ ਦਾ ਬੈਡਰੂਮ ਹੈ, ਉੱਥੇ ਮਹਾਰਾਜ ਜੀ ਆਰਾਮ ਕਰਦੇ, ਇਹਨੂੰ ਸੱਚਖੰਡ ਕਹੀਦਾ ਸੀ। ਕਹਿੰਦੀ ਚਲੋ ਵੇਖੀਏ। ਉਹਨੇ ਵੇਖਿਆ ਵੱਡਾ ਪਲੰਘ ਹੈ, 6-7 ਮਹਾਰਾਜੀਆਂ ਦੇ ਸਰੂਪ ਨੇ, ਬੜੇ ਸੋਹਣੇ ਗੱਦੇ ਉੱਤੇ ਪਾਤਸ਼ਾਹ ਜੀ ਸੁਖਾਸਣ ਨੇ, ਉੱਪਰ ਕੰਬਲ ਦਿੱਤਾ ਹੋਇਆ, ਏਸੀ ਲੱਗਿਆ ਹੋਇਆ। ਤਾਂ ਉਹਨੇ ਸਾਰਾ ਕੋਈ ਵੇਖ ਕੇ ਨਾ, ਉਹ ਕਹਿੰਦੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਤੁਸੀਂ ਕਹਿੰਦੇ ਹੋ ਗੁਰੂ ਗਿਆਨ ਹੈ ਤੁਹਾਡਾ, ਸੁਣਿਓ ਧਿਆਨ ਨਾਲ। ਕਹਿੰਦੀ ਨਾਲੇ ਤੁਸੀਂ ਕਹਿੰਦੇ ਹੋ ਗੁਰੂ ਗਿਆਨ ਹੈ, ਤੇ ਫਿਰ ਗੁਰੂ ਗਿਆਨ ਜਿਹੜਾ ਹੈ ਤੁਸੀਂ ਇਹਦੀ ਇੰਨੀ ਰਿਸਪੈਕਟ ਕਿਉਂ ਕਰਦੇ ਹੋ? ਵੇਸੀ ਵੀ ਲਾਇਆ ਹੋਇਆ, ਕੰਬਲ ਵੀ ਦਿੱਤਾ ਹੋਇਆ, ਗੱਦੇ ਵੀ ਰੱਖੇ ਹੋਏ ਨੇ, ਰਾਤ ਨੂੰ ਸਪੈਸ਼ਲ ਅਲੱਗ ਬੈਡਰੂਮ ਸੁਖਾਸਣ ਕਰਦੇ ਹੋ ਸੱਚਖੰਡ 'ਚ, ਸਵੇਰੇ ਪ੍ਰਕਾਸ਼ ਕਰ, ਇੰਨਾ ਸਭ ਕੁਝ ਕਿਉਂ? ਉਹ ਦੱਸਣ ਵਾਲੇ ਗੁਰਸਿੱਖ ਗੁਰਮੁਖ ਪਿਆਰੇ ਉਹਨੇ ਨਾਲ ਜਿਹਨਾਂ ਦੀ ਕਥਾ ਦੀ ਸੇਵਾ, ਉਹਨਾਂ ਨੂੰ ਵੀ ਬੁਲਾ ਲਿਆ। ਉਹਨਾਂ ਕਹਿ ਜੀ ਅਸੀਂ ਗਿਆਨ ਦੇ ਪੁਜਾਰੀ ਹਾਂ, ਬਾਕੀ ਅਸੀਂ ਗਿਆਨ ਦਾ ਹੀ ਸਤਿਕਾਰ ਕਰਦੇ ਹਾਂ। ਉਹ ਕਹਿੰਦੀ ਇਹ ਤਾਂ ਕਾਗਜ਼ਾਂ ਦਾ ਗ੍ਰੰਥ ਹੈ, ਇਹਦੀ ਇੰਨੀ ਰਿਸਪੈਕਟ ਕਿਉਂ? ਤਾਂ ਗੁਰਸਿੱਖ ਨੇ ਕਿਹਾ ਇਹਦੇ ਵਿੱਚ ਸਾਡੇ ਗੁਰੂ ਦਾ ਗਿਆਨ ਹੈ, ਇਸ ਲਈ ਗੁਰੂ ਦਾ ਗਿਆਨ ਜਿਹੜੀ ਗੁਰੂ ਦੀ ਬਾਣੀ ਹੈ, ਉਹ ਬਾਣੀ ਗੁਰੂ ਹੈ ਸਾਡੇ ਲਈ, ਅਸੀਂ ਗੁਰੂ ਦੇ ਗਿਆਨ ਦਾ ਬਾਣੀ ਦਾ ਸਨਮਾਨ ਕਰੀਦਾ, ਕਿਉਂਕਿ ਇਹਦੇ ਵਿੱਚ ਗੁਰੂ ਦਾ ਗਿਆਨ ਹੈ। ਉਹ ਅੰਗਰੇਜ਼ ਔਰਤ ਕਹਿੰਦੀ ਵੀ ਮੈਂ ਇਹਦੇ ਨਾਲ ਸੈਟਿਸਫਾਈ ਨਹੀਂ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਗਿਆਨ ਗੁਰੂ ਹੈ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਤੁਹਾਡੇ ਗੁਰੂ ਨੇ ਤੁਹਾਨੂੰ ਗਿਆਨ ਦੇ ਦਿੱਤਾ, ਹੁਣ ਤੁਸੀਂ ਗਿਆਨ ਦੀ ਪੂਜਾ ਕਰ ਰਹੇ ਹੋ। ਉਹਨੇ ਕਿਹਾ ਗਿਆਨ ਹੀ ਤਾਂ ਸਭ ਕੁਝ ਹੈ। ਕਹਿੰਦੀ ਮੈਂ ਸੈਟਿਸਫਾਈ ਨਹੀਂ। ਫਿਰ ਉਹਨੇ ਸਿੱਧਾ ਪੰਜਾਬੀ 'ਚ ਉਹਨੂੰ ਸੈਟਿਸਫਾਈ ਕਰਵਾਇਆ, ਸੁਣਿਓ ਧਿਆਨ ਨਾਲ। ਪਤਾ ਕੀ ਕਿਹਾ? ਕਹਿੰਦੇ ਮੈਡਮ ਤੁਸੀਂ ਇਹ ਜਿੰਨੇ ਬੰਦੇ ਤੁਹਾਡੇ 8-10 ਨਾਲ ਨੇ, ਤੁਸੀਂ ਇਹਨਾਂ ਦੇ ਹੈੱਡ ਹੋ, ਸੀਨੀਅਰ ਹੋ? ਉਹ ਕਹਿੰਦੀ ਅਫਕੋਰਸ ਮੈਂ ਸੀਨੀਅਰ ਹਾਂ, ਮੈਨੂੰ ਇਸ ਲਾਈਨ ਵਿੱਚ ਕਹਿੰਦੀ 17 ਸਾਲ ਹੋ ਗਏ, ਇਹ ਮੇਰੇ ਤੋਂ ਜੂਨੀਅਰ ਨੇ ਜਿਹੜੇ ਮੇਰੇ ਤੋਂ ਸਿੱਖਦੇ ਨੇ। ਤਾਂ ਉਹ ਫਿਰ ਸਰਦਾਰ ਜੀ ਜਿਹੜੇ ਗਿਆਨੀ ਜੀ ਉੱਥੇ ਪਹੁੰਚੇ ਹੋਏ ਸੀ, ਉਹਨੇ ਕਿਹਾ ਹੁਣ ਇਹਨਾਂ ਇੰਗਲਿਸ਼ ਵਿੱਚ ਇੱਦਾਂ ਇੰਨਾ ਗੱਲਬਾਤ ਕਰੋ। ਕਹਿੰਦਾ ਜੀ ਤੁਸੀਂ ਸੀਨੀਅਰ ਹੋ? ਕਹਿੰਦੀ ਮੈਂ ਸੀਨੀਅਰ ਹਾਂ। ਕਹਿੰਦਾ ਕਿਉਂ ਤੁਸੀਂ ਸੀਨੀਅਰ ਹੋ? ਮੈਂ ਤੁਹਾਨੂੰ ਸਵਾਲ ਕਰਨਾ, ਤੁਸੀਂ ਸੀਨੀਅਰ ਕਿਉਂ? ਇਹ ਬੰਦੇ ਤੁਹਾਡੇ ਜੂਨੀਅਰ ਕਿਉਂ ਨੇ? ਉਹ ਕਹਿੰਦੀ ਮੇਰੇ ਕੋਲ ਵੱਧ ਨੌਲੇਜ ਹੈ, ਮੇਰੇ ਕੋਲ 17 ਸਾਲ ਦਾ ਐਕਸਪੀਰੀਅੰਸ ਹੈ, ਮੇਰੇ ਕੋਲ ਨੌਲੇਜ ਵੱਧ ਹੈ। ਕਹਿੰਦੇ ਇਹਦਾ ਮਤਲਬ ਤੁਹਾਡੇ ਕੋਲ ਗਿਆਨ ਵੱਧ ਹੈ, ਨੌਲੇਜ ਨੂੰ ਗਿਆਨ ਨਹੀਂ ਕਹਿੰਦੇ, ਇਹਦਾ ਮਤਲਬ ਤੁਹਾਡੇ ਕੋਲ ਗਿਆਨ ਨੌਲੇਜ ਵੱਧ ਹੈ, ਤੁਹਾਡੇ ਕੋਲ 17 ਸਾਲ ਦਾ ਐਕਸਪੀਰੀਅੰਸ ਹੈ, ਇਸ ਲਈ ਤੁਸੀਂ ਸੀਨੀਅਰ ਹੋ। ਕਹਿੰਦੇ ਮੈਡਮ ਰੱਬ ਨਾ ਕਰੇ ਤੁਸੀਂ ਪਾਗਲ ਹੋ ਜਾਓ। ਉਹ ਕਹਿੰਦੀ ਵਟ ਨੌਨਸੈਂਸ,
ਕਹਿੰਦਾ ਵਟ ਨੌਨਸੈਂਸ, ਨਹੀਂ ਰੱਬ ਨਾ ਕਰੇ ਤੁਸੀਂ ਪਾਗਲ ਹੋ ਜਾਓ, ਮੈਂਟਲ ਹੋ ਜਾਓ, ਫਿਰ ਇਹ ਜੂਨੀਅਰ ਬੰਦੇ ਤੁਹਾਨੂੰ ਆਪਣਾ ਹੈੱਡ ਮੰਨਣਗੇ, ਇਹ ਜੂਨੀਅਰ ਬੰਦੇ ਤੁਹਾਨੂੰ ਆਪਣਾ ਹੈੱਡ ਮੰਨਣਗੇ, ਤੁਹਾਨੂੰ ਸੀਨੀਅਰ ਮੰਨਣਗੇ ਜੇ ਤੁਸੀਂ ਪਾਗਲ ਹੋ ਜਾਓ। ਉਹ ਕਹਿੰਦੀ ਨਹੀਂ, ਜੇ ਮੈਂ ਪਾਗਲ ਹੋ ਗਈ ਮੈਨੂੰ ਮੈਂਟਲ ਹੋਸਪਿਟਲ ਰੱਖਣਗੇ, ਇਹ ਜਿੰਨੇ ਵੀ ਜੂਨੀਅਰ ਬੰਦੇ ਮੈਨੂੰ ਹੈੱਡ ਨਹੀਂ ਮੰਨਣਗੇ। ਹੈੱਡ ਕਿਉਂ ਮੰਨ ਰਹੇ ਨੇ? ਕਹਿੰਦੀ ਮੇਰੇ ਕੋਲ ਗਿਆਨ ਹੈ, ਨੌਲੇਜ ਹੈ, ਮੇਰੇ ਕੋਲ ਐਕਸਪੀਰੀਅੰਸ ਹੈ, ਮੇਰੇ ਕੋਲ ਨੌਲੇਜ ਕਰਕੇ ਮੈਂ ਇਹਨਾਂ ਦੀ ਸੀਨੀਅਰ ਅਤੇ ਹੈੱਡ ਹੈ। ਜੇ ਮੈਂ ਪਾਗਲ ਹੋ ਗਈ ਇਹ ਮੈਨੂੰ ਹੈੱਡ ਨਹੀਂ ਮੰਨਣਗੇ, ਸੀਨੀਅਰ ਨਹੀਂ ਮੰਨਣਗੇ। ਉਹ ਕਹਿੰਦਾ ਬਸ ਮੈਡਮ ਜੀ, ਇਹਦਾ ਮਤਲਬ ਤੁਹਾਡੀ ਸਰੀਰ ਦੀ ਪੂਜਾ ਨਹੀਂ ਹੈ, ਤੁਹਾਡੇ ਸਰੀਰ ਵਿੱਚ ਜਿਹੜਾ ਗਿਆਨ ਹੈ ਤੁਹਾਡੀ ਸੁਰਤ ਵਿੱਚ ਉਹਦੀ ਪੂਜਾ ਹੋ ਰਹੀ ਹੈ। ਤੁਹਾਡੇ ਸਰੀਰ ਨੂੰ ਹੈੱਡ ਨਹੀਂ ਹੈ ਮੰਨ ਰਹੇ, ਤੁਹਾਡੀ ਨੌਲੇਜ ਕਰਕੇ ਹੈ। ਜੇ ਤੁਸੀਂ ਸੁਰਤੀ ਕਰਕੇ ਪਾਗਲ ਹੋ ਗਏ ਤੁਹਾਨੂੰ ਇਹ ਕਦੇ ਵੀ ਆਪਣਾ ਸੀਨੀਅਰ ਹੈੱਡ ਨਹੀਂ ਮੰਨਣਗੇ। ਇਹਦਾ ਮਤਲਬ ਸਰੀਰ ਕਰਕੇ ਤੁਹਾਡਾ ਸਨਮਾਨ ਨਹੀਂ ਹੈ, ਤੁਹਾਡੇ ਗਿਆਨ ਕਰਕੇ ਤੁਹਾਡੇ ਸਰੀਰ ਦਾ ਸਨਮਾਨ ਹੈ। ਕਹਿੰਦੇ ਅਸੀਂ ਕਾਗਜ਼ਾਂ ਦੇ ਪੁਜਾਰੀ ਨਹੀਂ, ਪਰ ਸਾਡੇ ਗੁਰੂ ਦਾ ਗਿਆਨ ਇਹਦੇ ਵਿੱਚ ਵਸਿਆ ਹੋਇਆ, ਇਸ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਨਮਾਨ ਕਰੀਦਾ, ਕਿਉਂਕਿ ਇਹਦੇ ਵਿੱਚ ਸਾਡੇ ਗੁਰੂ ਦੀ ਬਾਣੀ ਹੈ, ਇਹ ਸਾਡੇ ਗੁਰੂ ਦਾ ਗਿਆਨ ਹੈ। ਇਹ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉਹਨੂੰ ਕਿਹਾ ਤੇਰੀ ਸੁਰਤੀ ਪਾਗਲ ਹੋ ਜਾਏ, ਤੇਰੇ ਗਿਆਨ ਦੀ, ਤੇਰੇ ਸਰੀਰ ਦੀ ਕੋਈ ਕੀਮਤ ਨਹੀਂ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਸਭ ਕੁਝ ਸੁਰਤ 'ਤੇ ਟਿਕਿਆ ਹੈ। ਕੋਈ ਡਾਕਟਰ ਹੈ ਜੇ ਉਹਦੀ ਸੁਰਤੀ ਸਹੀ ਹੈ ਲੋਕਾਂ ਤੋਂ ਇਲਾਜ ਕਰਾਉਂਦੇ ਨੇ, ਜੇ ਪਾਗਲ ਹੋ ਜਾਓ ਤਾਂ ਇਲਾਜ ਕਰਾਉਣਗੇ? ਨਹੀਂ ਕਰਾਉਣਗੇ ਕਦੇ ਵੀ। ਇੱਕ ਡਾਕਟਰ MS ਹੈ, ਮਾਸਟਰ ਆਫ ਸਰਜਨ ਹੈ ਲੁਧਿਆਣੇ, ਉਹਨੂੰ ਸਦਮਾ ਲੱਗ ਗਿਆ, ਉਹ ਪਾਗਲ ਹੋ ਗਿਆ। ਉਹਦੀ ਇੱਕੋ ਇੱਕ ਲੜਕੀ ਸੀ, ਉਹ ਸੁਸਾਈਡ ਕਰ ਗਈ ਜੰਮੂ, ਉਹ ਪਾਗਲ ਹੋ ਗਿਆ। ਸਾਧ ਸੰਗਤ, ਹੁਣ ਕੋਈ ਬੰਦਾ ਉਹਦੇ ਕੋਲੋਂ ਆਪਰੇਸ਼ਨ ਨਹੀਂ ਕਰਾਉਂਦਾ, ਖੁਦ ਡਾਕਟਰ ਹੈ, ਮਾਸਟਰ ਆਫ ਸਰਜਨ ਦੀ ਡਿਗਰੀ ਹੈ, ਮੈਂਟਲ ਹੋ ਗਿਆ, ਉਹਦੇ ਕੋਲੋਂ ਕੋਈ ਵੀ ਹੁਣ ਆਪਰੇਸ਼ਨ ਨਹੀਂ ਕਰਾਉਂਦਾ। ਹਾਂ, ਉਹਦੇ ਸਿਗਨੇਚਰ ਜ਼ਰੂਰ ਚੱਲਦੇ ਨੇ, ਕਿਉਂ? ਉਹਦੇ ਕੋਲ ਡਿਗਰੀ ਹੈ, ਉਹ ਕਰਾਕਰੂ ਲੈਂਦੇ ਨੇ। ਇਹਦਾ ਮਤਲਬ ਨੌਲੇਜ ਕਰਕੇ, ਸੁਰਤ ਕਰਕੇ ਹੀ ਸਰੀਰ ਦਾ ਸਨਮਾਨ ਹੈ। ਪਾਤਸ਼ਾਹ ਨੇ ਬਚਨ ਕਿਹਾ ਭਾਈ ਸਭ ਤੋਂ ਪਹਿਲਾਂ ਤੇਰੀ ਸੁਰਤ ਗੁਰੂ ਕੋਲੋਂ ਘੜੀ ਜਾਣੀ ਚਾਹੀਦੀ ਹੈ। ਤਿੱਥੇ ਘੜੀ ਹੈ ਸੁਰਤ, ਮਤ ਮਨ ਬੁੱਧ, ਸੁਰਤ ਦਾ ਭਾਂਡਾ ਸਹੀ ਹੋਣਾ ਚਾਹੀਦਾ ਜਿਹਦੇ ਵਿੱਚ ਸਭ ਕੁਝ ਵਸਤੂ ਪਿਆ। ਜੇ ਸੁਰਤ ਖਰਾਬ ਹੋ ਗਈ ਤੇਰੇ ਕੋਲ ਡਿਗਰੀਆਂ ਕਿਸੇ ਕੰਮ ਦੀਆਂ ਨਹੀਂ। ਉਹ ਜਿਹੜੀ ਸੁਰਤੀ ਵੇ ਦੇ ਭਾਂਡੇ ਵਿੱਚ ਡਿਗਰੀ ਪਈ ਹੈ, ਉਹ ਸੁਰਤ ਦਾ ਭਾਂਡਾ ਸਹੀ ਹੋਣਾ ਚਾਹੀਦਾ। ਅੱਛਾ, ਵਸਤੂ ਜਿੰਨੀ ਮਰਜ਼ੀ ਕੀਮਤੀ ਪਾ ਦਿਓ, ਜੇ ਭਾਂਡਾ ਗੰਦਾ ਤਾਂ ਦੱਸੋ ਭਾਈ ਉਹਦੇ ਵਿੱਚ ਪਾਇਆ ਦੁੱਧ ਸਹੀ ਰਹਿ ਜਾਏਗਾ? ਭਾਂਡਾ ਪਹਿਲਾਂ ਸ਼ੁੱਧ ਹੋਣਾ ਚਾਹੀਦਾ, ਸੁਰਤ ਸ਼ੁੱਧ ਹੋਣੀ ਚਾਹੀਦੀ ਹੈ। ਕਿਸੇ ਮਾਈ ਦੇ ਘਰ ਸਾਧੂ ਮੰਗਣ ਗਿਆ, ਉਹਨੇ ਕਿਹਾ ਮਾਈ ਦੁੱਧ ਚਾਹੀਦਾ। ਮਾਤਾ ਅੰਦਰੋਂ ਦੁੱਧ ਲੈ ਕੇ ਆਈ, ਸਾਧੂ ਨੇ ਆਪਣਾ ਭਾਂਡਾ ਮੋਹਰੇ ਕਰ ਦਿੱਤਾ। ਉਹ ਮਾਈ ਬੋਲੀ, ਕਹਿੰਦੀ ਬਾਬਾ ਭਾਂਡਾ ਤਾਂ ਧੋਲਾ ਆਪਣਾ, ਇਹ ਪਤਾ ਨਹੀਂ ਕਦੋਂ ਦਾ ਗੰਦਾ, ਤੂੰ ਗੰਦੇ ਭਾਂਡੇ ਵਿੱਚ ਦੁੱਧ ਪਵਾਉਣ ਲੱਗੇ, ਦੁੱਧ ਵੀ ਖਰਾਬ ਹੋ ਜਾਣਾ। ਉਹਨੇ ਕਿਹਾ ਮਾਈ ਤੁਸੀਂ ਥਾਂ ਥਾਂ 'ਤੇ ਗੁਰੂ ਦਾ ਗਿਆਨ ਮੰਗਦੇ ਫਿਰਦੇ ਹੋ, ਜਿਵੇਂ ਭਾਂਡਾ ਗੰਦਾ ਇਹਦੇ ਵਿੱਚ ਪਾਈ ਹੋਈ ਵਸਤੂ ਵੀ ਖਰਾਬ ਹੋ ਜਾਏਗੀ, ਇੱਦਾਂ ਜੇ ਸੁਰਤ ਦਾ ਭਾਂਡਾ ਮਿਲੇ ਇਹਦੇ ਵਿੱਚ ਕਿਸੇ ਗੁਰੂ ਦਾ ਗਿਆਨ ਨਹੀਂ ਟਿਕਣਾ। ਪਹਿਲਾਂ ਗੁਰੂ ਕੋਲ ਜਾ ਕੇ ਸੁਰਤ ਸਹੀ ਕਰੋ। ਤਿੱਥੇ ਘੜੀਏ ਸੁਰਤ, ਮਤ ਮਨ ਬੁੱਧ, ਇਹਨੂੰ ਪਾਤਸ਼ਾਹ ਨੇ ਬਚਨ ਕਹੇ। ਕਹਿੰਦੇ ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾ ਲੈ ਦੇਹੁਰਾ ਕਰਿਆ। ਜਦੋਂ ਸਰੀਰ ਬਣ ਗਿਆ ਫਿਰ
ਉਕਤ ਜੋਤ ਲੈ ਸੁਰਤ ਪਰਿਖਿਆ ਮਾਤ ਗਰਵ ਮੈਂ ਜਿਨ ਤੂੰ ਰੱਖਿਆ। ਕਹਿੰਦੇ ਰੱਬ ਨੇ ਫਿਰ ਸੁਰਤ ਦਿੱਤੀ ਹੈ, ਸੁਰਤ ਕਰਕੇ ਤੇਰੀਆਂ ਡਿਗਰੀਆਂ ਨੇ, ਸੁਰਤ ਕਰਕੇ ਤੇਰਾ ਪਿੰਡ ਪਤਾ ਹੈ, ਸੁਰਤ ਕਰਕੇ ਤੇਰਾ ਕੋਈ ਨਾਮ ਹੈ, ਜੇ ਸੁਰਤ ਨਾ ਰਵੇ ਤੇਰਾ ਕੁਝ ਵੀ ਨਹੀਂ ਹੈ। ਹੁਣ ਉਹ ਸੁਰਤ ਗੁਰੂ ਵਾਲੀ ਹੋਣੀ ਚਾਹੀਦੀ ਹੈ। ਜੇ ਸੁਰਤ ਗੁਰੂ ਦੇ ਅਨੁਸਾਰ ਘੜੀ ਨਹੀਂ, ਉਹਦੇ ਵਿੱਚ ਪਾਇਆ ਹੋਇਆ ਗਿਆਨ ਨਹੀਂ ਟਿਕਣਾ। ਗੁਰੂ ਦੇ ਕੋਲੋਂ ਸੁਰਤੀ ਦਾ ਭਾਂਡਾ ਸ਼ੁੱਧ ਕਰਨ ਆਈਦਾ, ਪਾਤਸ਼ਾਹ ਜੀ ਫਿਰ ਕਿਰਪਾ ਕਰੋ ਕਿਵੇਂ ਹੋਣਾ। ਕਹਿੰਦੇ ਇਹਦੇ ਵਿੱਚ ਗੁਰੂ ਦੀ ਮੱਤ ਵੀ ਤਾਂ ਟਿਕਣੀ ਹੈ ਜੇ ਸੁਰਤ ਦਾ ਭਾਂਡਾ ਸਹੀ ਹੋਇਆ। ਜੇ ਸੁਰਤ ਗੰਦੀ ਹੈ ਮੱਤ ਵੀ ਗੰਦੀ ਹੋ ਜਾਣੀ। ਇੱਕ ਨੁਕਤਾ ਹੋਰ ਨੋਟ ਕਰਿਓ, ਬਾਹਰੀ ਤੌਰ 'ਤੇ ਰੱਬ ਨਾ ਕਰੇ ਕਿਸੇ ਦੀਆਂ ਅੱਖਾਂ ਖਰਾਬ ਹੋ ਜਾਣ, ਡਾਕਟਰ ਕੀ ਕਰ ਸਕਦਾ? ਅੱਖਾਂ ਬਦਲ ਸਕਦਾ? ਡਾਕਟਰ ਕਿਸੇ ਦੀ ਅੱਖ ਦਾ ਲੈਂਜ਼ ਪਾ ਸਕਦਾ? ਪਰ ਮਾਫ਼ ਕਰਿਓ, ਡਾਕਟਰ ਅੱਖਾਂ ਤਾਂ ਪਾ ਸਕਦਾ, ਡਾਕਟਰ ਦ੍ਰਿਸ਼ਟੀ ਨਹੀਂ ਸਹੀ ਕਰ ਸਕਦਾ। ਲੈਂਜ਼ ਪਾ ਸਕਦਾ ਅੰਦਰ ਦੀ, ਦ੍ਰਿਸ਼ਟੀ ਸਹੀ ਕਰ ਸਕਦਾ ਵੇਖਣ ਦੀ, ਵੇਖਣ ਵਾਲੀ ਦ੍ਰਿਸ਼ਟੀ ਡਾਕਟਰ ਨਹੀਂ ਸਹੀ ਕਰ ਸਕਦਾ। ਬਾਹਰੀ ਤੌਰ 'ਤੇ ਕਿਸੇ ਦਾ ਪੜਦਾ ਕੰਨ ਦਾ ਖਰਾਬ ਹੋ ਜਾਏ, ਉਹ ਡਾਕਟਰ ਪੜਦਾ ਬਦਲ ਸਕਦਾ, ਪਰ ਸੱਜਣੋ ਸੁਣਨ ਵਾਲੀ ਸੁਰਤ ਨਹੀਂ ਡਾਕਟਰ ਸਹੀ ਕਰ ਸਕਦਾ। ਜੇ ਗੰਦੀ ਸੁਰਤ ਹੈ ਸੁਣਨਾ ਵੀ ਗੰਦਾ ਹੈ, ਜੇ ਸੁਰਤ ਦਾ ਭਾਂਡਾ ਗੰਦਾ ਅੱਖਾਂ ਦੀ ਦ੍ਰਿਸ਼ਟੀ ਵੀ ਗੰਦੀ ਹੋਏਗੀ। ਉਹ ਬਾਹਰੀ ਤੌਰ 'ਤੇ ਪਿਓ ਅਤੇ ਧੀ ਜਾ ਰਹੀ ਹੈ, ਜੇ ਅੱਖਾਂ ਦੀ ਦ੍ਰਿਸ਼ਟੀ ਸਹੀ ਹੈ ਤੁਹਾਨੂੰ ਆਏਗਾ ਵੀ ਦੇਖੋ ਕਿੰਨੇ ਪਿਆਰ ਨਾਲ ਪਿਓ ਅਤੇ ਧੀ ਤੁਰੇ ਜਾ ਰਹੇ ਨੇ, ਦ੍ਰਿਸ਼ਟੀ ਸਹੀ ਹੈ ਨਾ। ਪਿਓ ਅਤੇ ਧੀ ਦਾ ਕਿੰਨਾ ਪਿਆਰ ਹੈ ਬਈ, ਪਿਓ ਅਤੇ ਧੀ ਦਾ ਪਿਆਰ ਵੇਖੋ ਕਿੰਨਾ, ਕਿੰਨੇ ਪਿਆਰ ਨਾਲ ਤੁਰੇ ਜਾ ਰਹੇ ਨੇ। ਜੇ ਦ੍ਰਿਸ਼ਟੀ ਸਹੀ ਹੈ ਤਾਂ ਪਿਓ ਅਤੇ ਧੀ ਦਾ ਕਿੰਨਾ ਪਿਆਰ ਹੈ, ਕਿੰਨੇ ਪਿਆਰ ਨਾਲ ਪਿਓ ਧੀ ਤੁਰੇ ਜਾ ਰਹੇ ਨੇ। ਜੇ ਦ੍ਰਿਸ਼ਟੀ ਗੰਦੀ ਹੈ ਅੰਦਰੋਂ, ਬੰਦਾ ਕਹੇਗਾ ਬੁੱਢਾ ਬੰਦਾ ਹੈ ਨੌਜਵਾਨ ਕੁੜੀ ਲਈ ਫਿਰਦਾ ਹੈ, ਦ੍ਰਿਸ਼ਟੀ ਮਾੜੀ ਹੈ ਨਾ। ਦ੍ਰਿਸ਼ਟੀ ਖੋਟੀ ਹੈ ਉਹਦੀ ਦ੍ਰਿਸ਼ਟੀ ਜਾਏਗਾ ਬੰਦਾ ਚਿੱਟੀ ਦਾੜੀ ਵਾਲਾ ਕੁੜੀ ਨਾਲ ਲਈ ਫਿਰਦਾ, ਇਹਦਾ ਮਤਲਬ ਦੇਖਣ ਦੀ ਦ੍ਰਿਸ਼ਟੀ ਮਾੜੀ ਹੈ। ਡਾਕਟਰ ਅੱਖਾਂ ਬਦਲ ਸਕਦਾ ਦ੍ਰਿਸ਼ਟੀ ਨੇ, ਦ੍ਰਿਸ਼ਟੀ ਕਿਹਨੇ ਬਦਲਣੀ ਹੈ? ਗੁਰੂ ਨੇ। ਤਿੱਥੇ ਭਰੀ ਹੈ ਸੁਰਤ ਮਤ ਮਨ ਬੁੱਧ। ਹੁਣ ਫਿਰ ਜੇ ਸੁਰਤੀ ਦਾ ਭਾਂਡਾ ਮਿਲ ਹੈ ਮਤ ਵੀ ਮਿਲ ਹੀ ਰਹਿਣੀ ਹੈ। ਪਾਤਸ਼ਾਹ ਫਿਰ ਗੁਰੂ ਕਿਵੇਂ ਮਤ ਸ਼ੁੱਧ ਕਰਦਾ? ਤੁਸੀਂ ਘਰ ਪੜ੍ਹ ਕੇ ਆਇਓ ਜਿਨ੍ਹਾਂ ਨੇ ਸਵੇਰੇ ਜਪਜੀ ਸਾਹਿਬ ਪੜ੍ਹਿਆ, ਜਦੋਂ ਸੁਰਤੀ ਗੁਰੂ ਨੇ ਸ਼ੁੱਧ ਕਰਨੀ ਹੈ, ਸੁਰਤ ਘੜਨੀ ਹੈ, ਉਹ ਸੁਰਤ ਦੇ ਭਾਂਡੇ ਵਿੱਚ ਮਤ ਵੀ ਸਹੀ ਰਹੇਗੀ। ਪਾਤਸ਼ਾਹ ਨੇ ਕਿਹਾ ਭਾਈ ਜਿਵੇਂ ਬਾਹਰੀ ਤੌਰ 'ਤੇ ਕੱਪੜਾ ਮੈਲਾ ਹੋ ਜਾਏ ਉਹਨੂੰ ਪਾਣੀ ਅਤੇ ਸਾਬਣ ਨਾਲ ਧੋ ਲਈਦਾ, ਤਨ ਮੈਲਾ ਹੋ ਜਾਏ ਉਹਨੂੰ ਪਾਣੀ ਅਤੇ ਸਾਬਣ ਨਾਲ ਇਸ਼ਨਾਨ ਕਰ ਲਈਦਾ, ਇੱਦਾਂ ਤੇਰੀ ਮਤ ਮੈਲੀ ਹੈ ਉਹ ਗੁਰੂ ਦੇ ਦਿੱਤੇ ਸ਼ਬਦ ਨਾਲ ਧੋਤੀ ਜਾਣੀ ਹੈ। ਆਖੋ ਵਾਹਿਗੁਰੂ, ਵਾਹਿਗੁਰੂ, ਆਖੋ ਵਾਹਿਗੁਰੂ, ਲਿਖ ਕੇ ਦਿੱਤਾ ਪਾਤਸ਼ਾਹ ਨੇ, ਪੜ੍ਹੋ। ਤੁਹਾਨੂੰ ਯਾਦ ਹੈ ਸਾਹਿਬ ਨੇ ਪਹਿਲਾਂ ਉਦਾਹਰਨ ਦਿੱਤੀ, ਕਹਿੰਦੇ ਭਰੀਏ ਹੱਥ ਪੈਰ ਤਨ ਦੇ, ਪੜ੍ਹੋ ਭਰੀਏ ਹੱਥ। ਤੁਹਾਡੀ ਆਵਾਜ਼ ਉੱਚੀ ਹੋਣੀ ਚਾਹੀਦੀ, ਬਾਹਰ ਵਾਲਿਆਂ ਨਾਲੋਂ ਉੱਚੀ ਹੋ ਜਾਏ, ਉਹਨਾਂ ਨੂੰ ਵੀ ਪਤਾ ਲੱਗੇ ਅੰਦਰ ਸਤਸੰਗ ਹੋ ਰਿਹਾ। ਪੜ੍ਹੋ ਭਰੀਏ ਹੱਥ ਪੈਰ ਤਨ ਦੇ, ਭਰੀਏ ਹੱਥ ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ। ਉਹ ਹੁਣ ਮਤ ਦੀ ਗੱਲ ਆਈ,
ਭਰੀਏ ਮਤ ਬਾਬਾਂ ਕੈ ਸੰਗ ਉਹ ਤੋ ਪਹਿਨਾਵੇ ਕੈ ਜਿੱਥੇ ਕਰੀਏ ਸੁਰਤ ਮਤ ਮਨਬੁੱਤ ਪੜੋ ਭਰੀਏ ਮਤ ਬਾਬਾਂ ਕੈ ਸੰਗ ਉਹ ਤੋ ਪਹਿਨਾਵੇ ਕੈ ਇੱਕ ਵਾਰ ਗੱਜ ਕੇ ਪੜਿਓ ਅੱਖਾਂ ਬੰਦ ਕਰਕੇ ਆਪਣੀ ਸੁਰਤ ਤੇ ਮਤ ਦਾ ਖਿਆਲ ਰੱਖ ਕੇ ਕਹੋ ਭਰੀਏ ਮਤ ਬਾਬਾ ਕੈ ਸੰਗ ਭਰੀਏ ਮਤ ਬਾਬਾ ਕੈ ਸੰਗ ਭਰੀਏ ਮਤ ਬਾਬਾ ਕੈ ਭਰੀਏ ਉਹ ਤੋ ਪਹਿਨਾਵੇ ਕੇ ਰੰਗ ਉਹ ਤੋ ਪਹਿਨਾਵੇ ਕੇ ਰੰਗ ਉਹ ਤੋ ਪਹਿਨਾਵੇ ਕੇ ਉਹ ਤੋ ਪਹਿਨ ਭਰੀਏ ਮਤ ਬਾਬਾ ਕੈ ਸੰਗ ਉਹ ਤੋ ਪਹਿਨਾਵੇ ਕੇ ਰੰਗ ਭਰੀਏ ਮਤ ਬਾਬਾ ਕੈ ਉਹ ਤੋ ਪੈ ਆਖੋ ਸਤਨਾਮ ਸ੍ਰੀ ਪਾਤਸ਼ਾਹ ਮਤ ਦੀ ਮੈਲ ਧੋਣ ਦੀ ਕੋਈ ਹੋਰ ਯੁਗਤ ਦੱਸੋ ਫਿਰ ਪਾਤਸ਼ਾਹ ਨੇ ਅੱਗੇ ਕਿਹਾ ਕਹਿੰਦੇ ਤੇਰੀ ਮਤ ਕਦੋਂ ਘੜੀ ਜਾਣੀ ਹੈ ਤੈਨੂੰ ਗੁਰੂ ਨੇ ਇੱਕ ਨੁਕਤਾ ਦੇਣਾ ਹੈ ਤੈਨੂੰ ਗੁਰੂ ਨੇ ਇੱਕ ਫਾਰਮੂਲਾ ਦੇਣਾ ਹੈ ਤੈਨੂੰ ਗੁਰੂ ਨੇ ਇੱਕ ਉਪਦੇਸ਼ ਦੇਣਾ ਹੈ ਤੇਰੀ ਮਤ ਵਿੱਚ ਮੈਲ ਨਾ ਰਵੇ ਤੇਰੀ ਮਤ ਦੀ ਮੈਲ ਉਤਰ ਜਾਏ ਹੁਣ ਗੁਰੂ ਤੋਂ ਪੁੱਛੀਏ ਮਹਾਰਾਜ ਅੱਗੇ ਕੋਈ ਕਿਰਪਾ ਕਰੋ ਸਾਨੂੰ ਕੋਈ ਨੁਕਤਾ ਦਿਓ ਹਜ਼ੂਰ ਕਹਿੰਦੇ ਸੁਣ ਫਿਰ ਪੁੰਨੀ ਪਾਪੀ ਆਖਣ ਨਾਹੇ ਅਗਲੀ ਪੰਕਤੀ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਨਾਨਕ ਹੁਕਮੀ ਆਵੋ ਜਾਹੋ ਭਾਈ ਇਹ ਯਾਦ ਰੱਖੀ ਮਤ ਦੀ ਮੈਲ ਰੱਖਣ ਵਾਲਿਆ ਇਹ ਨਾ ਸਮਝੀ ਆ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਇਹ ਨਾ ਸਮਝੀ ਅੱਗੇ ਕਿਹੜਾ ਕਿਸੇ ਨੇ ਵੇਖਿਆ ਇਹ ਨਾ ਸਮਝੀ ਤੇਰੇ ਪੁੰਨ ਪਾਪ ਕੋਈ ਵੇਖ ਨਹੀਂ ਰਿਹਾ ਰੱਬ ਤੇਰੇ ਪੁੰਨ ਪਾਪ ਵੇਖ ਰਿਹਾ ਜੋ ਤੂੰ ਪੁੰਨ ਤੇ ਪਾਪ ਕਰਨਾ ਇਹ ਕੋਈ ਕਹਿਣ ਆਖਣ ਦੀਆਂ ਗੱਲਾਂ ਨਹੀਂ ਇਹ ਰਿਐਲਿਟੀ ਵਿੱਚ ਸੱਚਾਈ ਵਿੱਚ ਹੋਣਾ ਪੁੰਨੀ ਪਾਪੀ ਆਖਣ ਨਾਹੇ ਇਹ ਕੋਈ ਕਹਿਣ ਆਖਣ ਦੀਆਂ ਗੱਲਾਂ ਨਹੀਂ ਇਹ ਸੱਚਾਈ ਹੈ ਕਿ ਕਰ ਕਰ ਕਰਨਾ ਲਿਖ ਲੈ ਜਾਹੋ ਜੋ ਤੂੰ ਕਰ ਰਿਹਾ ਲਿਖਿਆ ਜਾ ਰਿਹਾ ਜੋ ਤੂੰ ਕਰ ਰਿਹਾ ਲਿਖਿਆ ਜਾ ਰਿਹਾ ਜਦੋਂ ਆਹ ਚੀਜ਼ ਯਾਦ ਆਵੇ ਵੀ ਜੋ ਮੈਂ ਕਰ ਰਿਹਾ ਉਹ ਲਿਖਿਆ ਜਾ ਰਿਹਾ ਜੋ ਮੈਂ ਕਰ ਰਿਹਾ ਉਹਨੂੰ ਲਿਖਿਆ ਜਾ ਰਿਹਾ ਉਦੋਂ ਤੁਸੀਂ ਸਹੀ ਕਰਨਾ ਸ਼ੁਰੂ ਕਰ ਦੋਗੇ ਸਾਧ ਸੰਗਤ ਬਹੁਤ ਬੰਦੇ ਨੇ ਜਿਨ੍ਹਾਂ ਨੇ ਡੈਰੀ ਲਾਈ ਹੋਈ ਹੈ ਗੁਰਮੁਖ ਪਿਆਰੇ ਜਿਹੜੇ ਉਹ ਸਵੇਰ ਤੋਂ ਜਾਂ ਰਾਤ ਪੈਂਦੀ ਰਾਤੀ ਸੌਣ ਲੱਗਿਆਂ ਲਿਖਦੇ ਆਪਣੀ ਡੈਰੀ 'ਤੇ ਅੱਜ ਮੈਂ ਕਿੰਨੀਆਂ ਗਲਤੀਆਂ ਕੀਤੀਆਂ ਅੱਜ ਮੈਂ ਕਿੰਨੀ ਵਾਰ ਮਾੜਾ ਸੋਚਿਆ ਕਿਹਦਾ ਕਿਹਦਾ ਮਾੜਾ ਸੋਚਿਆ ਕੀ ਮਨ 'ਚ ਖਿਆਲ ਆਏ ਉਹ ਲਿਖਦੇ ਨੇ ਅਗਲੇ ਦਿਨ ਫਿਰ ਘਟਣੇ ਸ਼ੁਰੂ ਹੋ ਜਾਂਦੇ ਜਿਹੜਾ ਹਿਸਾਬ ਕਿਤਾਬ ਰੱਖਣ ਲੱਗ ਜਾਏ ਦੁਕਾਨ ਦਾ ਉਹਨੂੰ ਘਾਟਾ ਨਹੀਂ ਪੈਂਦਾ ਸਾਧ ਸੰਗਤ ਇਹ ਵੀ ਹਾਣ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵੇ ਤਿਸ ਨੂੰ ਰੱਖ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਇਹਦਾ ਵੀ ਸਿੱਖਾ ਖਿਆਲ ਰੱਖ ਯਾਦ ਰੱਖ ਤੈਨੂੰ ਕੋਈ ਲਿਖ ਰਿਹਾ ਅੱਛਾ ਲਿਖਣ ਨਾਲ ਇੰਨਾ ਹੀ ਯਾਦ ਰੱਖਣ ਨਾਲ ਸ਼ੁੱਧ ਹੋ ਜਾਏਗਾ
ਇੱਕ ਸੌਖਾ ਜਿਹਾ ਨੁਕਤਾ ਮੈਂ ਕਈ ਵਾਰ ਕਹਿੰਦਾ, ਆਹ ਕੈਮਰੇ ਲੱਗੇ ਨਾ, ਇਹਦੀ ਰਿਕਾਰਡਿੰਗ ਡਿਲੀਟ ਹੋ ਸਕਦੀ ਹੈ। ਤੁਹਾਨੂੰ ਰਿਕਾਰਡ ਕੀਤਾ ਜਾ ਰਿਹਾ, ਤੁਹਾਨੂੰ ਲਾਈਵ ਦਿਖਾਇਆ ਜਾ ਰਿਹਾ। ਅੱਛਾ, ਇਹਦੀ ਰਿਕਾਰਡਿੰਗ ਡਿਲੀਟ ਹੋ ਸਕਦੀ ਹੈ, ਪਰ ਜਦੋਂ ਇਹ ਕੈਮਰਾ ਤੁਹਾਡੇ ਵੱਲ ਸੰਗਤ ਵਿੱਚ ਘੁੰਮਦਾ, ਜਿਹੜਾ ਬੰਦਾ ਮਾੜਾ ਮੋਟਾ ਵੀ ਟੇਢਾ ਵੇਸਲਾ ਬੈਠਾ ਵੀ ਸਿੱਧਾ ਹੁੱਕ ਬਹਿ ਜਾਂਦਾ, ਅੱਖਾਂ ਬੰਦ ਕਰਕੇ, ਕਿਉਂ? ਫੋਟੋ ਜੋ ਆ ਰਹੀ ਹੈ, ਕੈਮਰਾ ਤੁਹਾਡੇ ਵੱਲ ਐਂ ਕਰ ਦਈਏ, ਬੰਦਾ ਨਾਲ ਹੀ ਅੱਖਾਂ ਬੰਦ ਕਰ ਲੈਂਦਾ, ਫੋਟੋ ਜੋ ਆ ਰਹੀ ਹੈ। ਇਹ ਕੈਮਰੇ ਦੀ ਰਿਕਾਰਡਿੰਗ ਡਿਲੀਟ ਹੋ ਸਕਦੀ ਹੈ ਜਦੋਂ ਗੁਰੂ ਕੋਲ ਆਉਂਗੇ, ਗੁਰੂ ਮਤ ਵਿੱਚ ਸੁਰਤ ਵਿੱਚ ਇੱਕ ਗੱਲ ਵਸਾਉਂਦਾ, ਤੈਨੂੰ ਰੱਬ ਵੇਖ ਰਿਹਾ, ਤੈਨੂੰ ਰੱਬ ਵੇਖ ਰਿਹਾ, ਫਿਰ ਗਲਤ ਗੱਲ ਨਹੀਂ ਹੋਏਗੀ। ਤੈਨੂੰ ਰੱਬ ਵੇਖ ਰਿਹਾ, ਫਿਰ ਮਾੜਾ ਕਰਮ ਨਹੀਂ ਹੋਏਗਾ। ਜਿੱਥੇ ਕੋਈ ਵੇਖ ਰਿਹਾ ਹੋਵੇ, ਉੱਥੇ ਗਲਤੀ ਦੀ ਗੁੰਜਾਇਸ਼ ਘੱਟ ਜਾਂਦੀ ਹੈ। ਗਲਤੀ ਉਦੋਂ ਹੁੰਦੀ ਹੈ ਜਦੋਂ ਪੜਦਾ ਪੈ ਜਾਏ, ਕਿਹੜਾ ਕੋਈ ਵੇਖਦਾ, ਫਿਰ ਪਾਪ ਜਨਮ ਲੈਂਦਾ। ਚੋਰੀ ਕਦੋਂ ਹੁੰਦੀ ਹੈ? ਜਦੋਂ ਕਹਿੰਦਾ ਕਿਹੜਾ ਕੋਈ ਵੇਖ ਰਿਹਾ। ਜਦੋਂ ਮੱਤ 'ਤੇ ਪੜਦਾ ਪੈ ਜਾਏ, ਜਦੋਂ ਫਿਰ ਮੱਤ 'ਤੇ ਪੜਦਾ ਪੈ ਜਾਏ, ਬੁੱਧ ਭ੍ਰਿਸ਼ਟ ਹੋ ਜਾਂਦੀ ਹੈ। ਮੱਤ 'ਤੇ ਪੜਦਾ ਪੈ ਜਾਏ, ਬੁੱਧ ਭ੍ਰਿਸ਼ਟ ਹੋਣ ਲੱਗ ਪੈਂਦੀ ਹੈ। ਇਸੇ ਲਈ ਪਾਤਸ਼ਾਹ ਨੇ ਬਚਨ ਕਹੇ, ਅਗਲਾ ਨੁਕਤਾ ਤੂੰ ਯਾਦ ਰੱਖੀ, ਤੈਨੂੰ ਰੱਬ ਵੇਖ ਰਿਹਾ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਉੱਥੇ ਲਿਖਿਆ ਜਾ ਰਿਹਾ, ਤੇਤੋਂ ਲੇਖਾ ਪੁੱਛਣਾ ਤੂੰ ਕੀ ਕੀਤਾ। ਇੱਕ ਚੀਜ਼ ਹੋਰ ਬਾਣੀ 'ਚੋਂ ਨੋਟ ਕਰਿਓ, ਸਿੰਘ ਸਾਹਿਬ ਜੀ ਬੈਠੇ ਨੇ ਸਾਧ ਸੰਗਤ, ਕਈ ਬੰਦੇ ਕਹਿੰਦੇ ਅਸੀਂ ਕਿਹੜਾ ਮਾੜਾ ਕੰਮ ਕੀਤਾ, ਉਹ ਤਾਂ ਉੱਦਾਂ ਅਸੀਂ ਨਾਲ ਸੀ। ਹਜ਼ੂਰ ਨੇ ਕਿਹਾ ਨਾਲ ਰਹਿਣ ਵਾਲੇ ਕੋਲੋਂ ਵੀ ਪੁੱਛਿਆ ਜਾਣਾ। ਪਾਤਸ਼ਾਹ ਨੇ ਕਿਹਾ ਤੂੰ ਪਾਪ ਕੀਤਾ ਨਹੀਂ, ਪਰ ਨਾਲ ਬੈਠਾ ਰਿਹਾ, ਤੇਤੋਂ ਲੇਖਾ ਪੁੱਛਿਆ ਜਾਣਾ। ਤੂੰ ਕੀਤਾ ਨਹੀਂ, ਪਰ ਨਾਲ ਸੀ, ਤੇਤੋਂ ਲੇਖਾ ਪੁੱਛਿਆ ਜਾਣਾ। ਮਹਾਰਾਜ ਇੱਦਾਂ ਕਿਵੇਂ ਮੰਨ ਲਈਏ? ਹਜ਼ੂਰ ਨੇ ਉਦਾਹਰਣ ਦਿੱਤੀ, ਕਹਿੰਦੇ ਆ ਚੌਲ ਜਦੋਂ ਕੱਢੀ ਦਾ ਨਾ, ਉਦੋਂ ਉੱਪਰਲਾ ਬਚਦਾ ਤੁੱਖ, ਤੁੱਖ ਸਮਝਦੇ ਹੋ? ਜਿੱਥੋਂ ਚੌਲ ਸੈਲਰ ਵਿੱਚ ਨਿਕਲਦੇ ਉੱਥੇ ਵੇਖਿਓ, ਜਿਹੜਾ ਉੱਪਰਲਾ ਮੁੰਜੀ ਦਾ ਫੋਕਟ ਲੈਂਦਾ ਉਹਨੂੰ ਤੁੱਖ ਕਹਿੰਦੇ। ਪਹਿਲਾਂ ਲੋਕ ਕੁੱਟ ਕੇ ਉਖਲੀਆਂ ਵਿੱਚ ਚੌਲ ਕੱਢਦੇ ਸੀ। ਉਹ ਕਹਿੰਦੇ ਭਾਈ ਉਹ ਚੌਲ ਦੇ ਤਾਂ ਵਿੱਚੋਂ ਵਿੱਚੋਂ ਦੋ ਟੋਟੇ ਹੋ ਜਾਂਦੇ, ਚੌਲ ਦੀ ਕਣੀ ਬਣ ਜਾਂਦੀ, ਉਹਦਾ ਰੇਟ ਘੱਟ ਜਾਂਦਾ। ਪਰ ਜਿਹੜਾ ਚੌਲ ਦੇ ਉੱਪਰ ਤੁੱਖ ਲੱਗਾ ਹੋਇਆ ਨਾ, ਮੁੰਜੀ ਦੇ ਉੱਪਰ, ਜਿਹੜਾ ਚੌਲ ਦੇ ਉੱਪਰ, ਝੋਨੇ ਦੇ ਉੱਪਰ ਤੁੱਖ ਫੋਕਟ ਚੜਿਆ ਹੋਇਆ, ਕਹਿੰਦੇ ਉਹ ਤਾਂ ਨਾਲ ਹੀ ਹੈ ਨਾ ਚੌਲ ਦੇ। ਉਹ ਚੌਲ ਦੇ ਸੱਟ ਵੱਜਦੀ ਹੈ, ਟੁੱਟੇ ਦੋ ਜਾਂ ਤਿੰਨ ਹੋ ਜਾਂਦੇ ਨੇ, ਪਰ ਸੱਜਣਾ ਜਿਹੜਾ ਉੱਪਰ ਫੋਕਟ ਲੱਗਾ ਉਹਨੂੰ ਤਾਂ ਪੀਸ ਕੇ ਬੁਰਾਦਾ ਬਣਾ ਦਿੰਦੇ ਹਨ। ਆ ਸੈਲਰ ਵਾਲੇ ਵੇਖਿਓ, ਐਨ ਬੁਰਾਦਾ ਬਣਾ ਦਿੰਦੇ ਚੌਲਾਂ ਦੇ ਉੱਪਰਲਾ ਤੁੱਖ ਜਿਹੜਾ, ਕਹਿੰਦੇ ਉਹਨੂੰ ਕਾਹਦੀ ਸਜ਼ਾ ਮਿਲੀ ਹੈ, ਕਿਉਂਕਿ ਉਹ ਨਾਲ ਹੈ, ਉਹਦੇ ਲੱਗਾ ਹੋਇਆ। ਜੇ ਚੌਲ ਨਾਲ ਲੱਗੇ ਤੁੱਖ ਨੂੰ ਸਜ਼ਾ ਹੈ, ਪਾਪੀ ਬੰਦੇ ਦੇ ਨਾਲ ਬਹਿਣ ਵਾਲੇ ਨੂੰ ਵੀ ਸਜ਼ਾ ਮਿਲਣੀ ਹੈ। ਪਾਪੀਆਂ ਕੋਲ ਬਹਿਣ ਵਾਲੇ ਤੋਂ ਵੀ ਰੱਬ ਲੇਖਾ ਪੁੱਛੇਗਾ, ਇੰਨੇ ਸਵਾਸ ਤੂੰ ਉਹਦੇ ਨਾਲ ਬਹਿ ਕੇ ਵਿਅਰਥ ਪਾਏ ਨੇ, ਤੂੰ ਸ਼ਰਾਬੀਆਂ ਦੇ ਨਾਲ ਬੈਠਾ, ਲੇਖਾ ਪੁੱਛਿਆ ਜਾਏਗਾ। ਇਹਦੀ ਉਦਾਹਰਨ ਮਹਾਰਾਜ ਨੇ ਬਚਨ ਬਾਣੀ ਅੰਦਰ ਕਹੇ। ਸਾਹਿਬ ਕਹਿੰਦੇ ਕਬੀਰ ਚਾਵਲ ਕਾਰਣੇ, ਕਬੀਰ ਚਾਵਲ ਕਾਰਣੇ, ਤੁਖ ਕੋ ਮੋਲੀ ਲਾਏ, ਸੰਗ ਕੋ ਸੰਗੀ ਵੈਸਤੇ, ਤਬ ਪੁੱਛੇ ਧਰਮ ਰਾਏ। ਕੋ ਸੰਗੀਆਂ ਦੇ ਨਾਲ ਬੈਠਾ ਤੇ ਤੂੰ ਪੁੱਛਿਆ ਜਾਏਗਾ ਤੂੰ ਕੀ ਕੀਤਾ, ਤੈਨੂੰ ਲੇਖਾ ਦੇਣਾ ਪਏਗਾ। ਇੱਕ ਪਲ ਦਾ ਵੀ ਤੂੰ ਉਹਦੇ ਨਾਲ ਬੈਠਾ, ਉਹਦਾ ਵੀ ਲੇਖਾ ਦੇਣਾ ਪੈਣਾ। ਇਸ ਲਈ ਸਾਧ ਸੰਗਤ, ਪੁੰਨੀ ਪਾਪੀ ਆਖਣ ਨਾਹੇ,
ਕਰ ਕਰ ਕਰਨਾ ਲਿਖ ਲੈ ਜਾਹੋ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਗੁਰੂ ਦੇ ਕੋਲ ਆ ਕੇ ਸੁਰਤ ਦਾ ਭਾਂਡਾ ਸ਼ੁੱਧ ਹੋਣਾ, ਗੁਰੂ ਦੇ ਕੋਲ ਆ ਕੇ ਮਤ ਘੜੀ ਜਾਣੀ ਹੈ, ਗੁਰੂ ਦੇ ਕੋਲ ਆ ਕੇ ਬੁੱਧ ਘੜੀ ਜਾਣੀ। ਅੱਛਾ ਮਤ ਤੇ ਬੁੱਧ ਵਿੱਚ ਕੀ ਫਰਕ ਹੈ, ਮਤ ਤੇ ਬੁੱਧ ਵਿੱਚ ਕੀ ਫਰਕ ਹੈ? ਮਤ ਉਹ ਹੈ ਜਿਹਦੇ ਨਾਲ ਆਪਾਂ ਸੋਚ ਰਹੇ ਹਾਂ ਆਹ ਕੰਮ ਕਰਨਾ ਹੈ। ਆਪਾਂ ਕਈ ਤਾਂ ਬੰਦੇ ਨੂੰ ਅਕਲ ਬਹੁਤ ਹੈ, ਬੰਦਾ ਬੜਾ ਸਿਆਣਾ, ਬੰਦਾ ਬੜਾ ਸਮਝਦਾਰ ਹੈ। ਮਤ ਦਾ ਅਰਥ ਹੈ ਅਕਲ, ਔਰ ਸਤਸੰਗ ਬੁੱਧ ਦਾ ਅਰਥ, ਬੁੱਧ ਉਹ ਹੈ ਜਿਹੜੀ ਉਸ ਗੱਲ ਨੇ ਡਿਸੀਜਨ ਲੈਂਦੀ ਹੈ ਵੀ ਸਹੀ ਹੈ ਕਿ ਗਲਤ ਹੈ। ਅਕਲ ਤਾਂ ਚੋਰ ਨੂੰ ਵੀ ਬਹੁਤ ਹੁੰਦੀ ਹੈ, ਅਕਲ ਤੋਂ ਬਗੈਰ ਚੋਰੀ ਨਹੀਂ ਹੁੰਦੀ। ਤੁਹਾਡੇ ਕੋਲ ਅੱਜ ਕੱਲ੍ਹ ਜਿਹੜੇ ਚੋਰ ਨੇ ਨਾ, ਉਹ ਤੁਸੀਂ ਵੇਖੋ ਕਿੰਨੇ ਸਮਝਦਾਰ ਨੇ, ਕਿੰਨੀ ਅਕਲ ਵਾਲੇ ਨੇ, ਕਿੰਨੀ ਮਤ ਵਾਲੇ ਨੇ, ਉਹਨਾਂ ਕੋਲ ਕਿੰਨੀ ਅਕਲ ਹੈ, ਸਾਡੇ ਨਾਲੋਂ ਵੱਧ ਨੌਲੇਜ ਚੁੱਕੀ ਫਿਰਦੇ ਨੇ। ਘਰ ਬੈਠੇ ਮੋਬਾਈਲਾਂ ਨਾਲ ਹੀ ਤੁਹਾਨੂੰ ਹੈਂਗ ਕਰ ਜਾਂਦੇ ਨੇ, ਕਹਿੰਦੇ ਨਾ ਮੇਰੇ ਅਕਾਊਂਟ 'ਚੋਂ ਪੈਸੇ ਨਿਕਲ ਗਏ, ਉਹਨਾਂ ਨੂੰ ਬੈਂਕ ਵੀ ਨਹੀਂ ਜਾਣਾ ਪੈਂਦਾ ਚੋਰੀ ਕਰਨ ਲਈ। ਉਹ ਘਰ ਬੈਠਿਆਂ ਮੋਬਾਈਲਾਂ ਤੋਂ ਤੁਹਾਡਾ ਕਿਸੇ ਨਾ ਕਿਸੇ ਤਰ੍ਹਾਂ ਪਿੰਨ ਲੈ ਕੇ ਤੁਹਾਡੇ ਪੈਸੇ ਅਕਾਊਂਟ 'ਚ ਉਡਾ ਦਿੰਦੇ ਨੇ। ਇਹਦਾ ਮਤਲਬ ਚੋਰ ਨੂੰ ਬੜੀ ਅਕਲ ਹੈ, ਮਤ ਤਾਂ ਬਹੁਤ ਹੋਈ ਨਾ ਫਿਰ, ਅਕਲ ਬਹੁਤ ਜ਼ਿਆਦਾ, ਮਤ ਬਹੁਤ ਹੈ, ਪਰ ਸੱਜਣੋ ਬੁੱਧ ਨਹੀਂ ਘੜੀ ਗਈ। ਬੁੱਧ ਦਾ ਅਰਥ ਹੈ ਉਹਨੇ ਦੱਸਣਾ ਸੀ ਇਹ ਪਾਪ ਹੈ, ਇਹ ਪੁੰਨ ਹੈ, ਇਹ ਚੰਗਾ ਕੰਮ ਹੈ, ਇਹ ਮਾੜਾ ਕੰਮ ਹੈ, ਇਹ ਚੰਗਿਆਈ ਹੈ, ਬੁਰਿਆਈ ਹੈ। ਇਹ ਗੁਰੂ ਦੀ ਦਿੱਤੀ ਜਦੋਂ ਮਤ ਘੜੀ, ਬੁੱਧ ਘੜੀ ਜਾਂਦੀ ਹੈ, ਬੁੱਧ ਫਿਰ ਮਤ ਨੂੰ ਵੀ ਘੜਦੀ ਹੈ ਨਾਲ। ਉਹਦੇ ਕੋਲ ਬੁੱਧ ਨਹੀਂ ਹੈ, ਮਤ ਜ਼ਰੂਰ ਹੈ। ਤਾਂਹੀਓ ਜਦੋਂ ਸਿੱਖ ਨੇ ਗੁਰੂ ਕੋਲ ਆਉਣਾ ਹੈ, ਇੱਕੋ ਚੀਜ਼ ਮੰਗਣੀ, ਪਾਤਸ਼ਾਹ ਮੈਨੂੰ ਵਿਵੇਕ ਬੁੱਧ ਦਿਓ, ਮੇਰੀ ਮਤ ਸਹੀ ਡਿਸੀਜਨ ਲਵੇ ਜਦੋਂ ਲੈਣਾ, ਮੇਰੀ ਮਤ ਸਹੀ ਫੈਸਲਾ ਕਰੇ, ਮੈਨੂੰ ਵਿਵੇਕ ਬੁੱਧ ਦਿਓ। ਸਿੱਧਾ ਪਾਤਸ਼ਾਹ ਨੇ ਕਿਹਾ, ਇਕੱਲਾ ਪਾਠ ਪੜ੍ਹਨ ਨਾਲ ਤੇਰਾ ਨਹੀਂ ਗੁਜ਼ਾਰਾ ਹੋਣਾ, ਪਰ ਪੜ੍ਹਨਾ ਚਾਹੀਦਾ, ਕਿਉਂਕਿ ਪਾਠ ਤੋਂ ਸ਼ੁਰੂਆਤ ਹੋਣੀ ਹੈ। ਪਰ ਸਾਹਿਬ ਨੇ ਕਿਹਾ, ਉਹਦੇ 'ਤੇ ਨਾ ਰੁਕ ਜਾਈ ਵੀ ਮੈਂ ਇੰਨਾ ਪਾਠ ਕਰ ਲੈਂਦਾ, ਇਹ ਐਂਡ ਨਹੀਂ ਹੈ, ਇਹ ਤਾਂ ਸਿਲੇਬਸ ਸ਼ੁਰੂ ਹੋਇਆ। ਪਾਤਸ਼ਾਹ ਫਿਰ ਕਰਨਾ ਕੀ ਹੈ? ਕਹਿੰਦੇ ਸਭ ਕੁਝ ਕਰਕੇ ਪਾਠ ਵੀ ਕਰ, ਜਪ ਤਪ ਵੀ ਕਰ, ਸੇਵਾ ਵੀ ਕਰ, ਸਿਮਰਨ ਵੀ ਕਰ, ਪਰ ਗੁਰੂ ਕੋਲੋਂ ਆ ਕੇ ਮੰਗਿਆ ਕਰ, ਮਹਾਰਾਜ ਮੈਨੂੰ ਵਿਵੇਕ ਬੁੱਧ ਦਿਓ, ਮੈਨੂੰ ਬੁੱਧ ਦਿਓ, ਮਹਾਰਾਜ ਮੇਰੀ ਬੁੱਧ ਘੜ ਦਿਓ। ਬੁੱਧ ਭ੍ਰਿਸ਼ਟ ਨਾ ਹੋਵੇ, ਨਹੀਂ ਤਾਂ ਮਤ ਨੇ ਗਲਤ ਪਾਸੇ ਤੋਰ ਦੇਣੇ। ਬੁੱਧ ਭ੍ਰਿਸ਼ਟ ਹੋ ਗਈ, ਮਤ ਗਲਤ ਪਾਸੇ ਲੈ ਜਾਏਗੀ। ਇਹਦਾ ਕੋਈ ਮਾਣ ਨਹੀਂ ਹੈ ਕਿ ਬੰਦਾ ਗਿਆਨੀ ਬਹੁਤ ਹੈ, ਕੋਈ ਮਾਣ ਨਹੀਂ ਬੰਦੇ ਦੀ ਉਮਰ ਬਹੁਤ ਵੱਡੀ ਹੈ, ਨਹੀਂ। ਕਈ ਵਾਰ ਵੱਡੀ ਉਮਰ 'ਚ ਵੱਡੇ ਵੱਡੇ ਗਿਆਨੀਆਂ ਦੀ ਮਤ ਭ੍ਰਿਸ਼ਟ ਹੋ ਜਾਂਦੀ ਹੈ, ਇਹ ਤਾਂ ਉਹ ਗੁਰੂ ਰੱਖ ਹੈ। ਤਾਂਹੀਓ ਸਿੱਖ ਰੋਜ਼ ਅਰਦਾਸ ਕਰਦਾ, ਮਹਾਰਾਜ ਕਿਰਪਾ ਬਖਸ਼ਿਸ਼ ਕਰੋ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਅਤੇ ਜਿਹੜੇ ਗੁਰਮੁਖ ਨੇ ਨਾ, ਉਹ ਨਾਲ ਇਹ ਵੀ ਕਹਿੰਦੇ, ਮਹਾਰਾਜ ਬਖਸ਼ੋ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਅਤੇ ਨਾਲ ਕਹਿੰਦੇ, ਮਤ ਪਤ ਕਾ ਰੱਖਾ ਬਕਾਲ ਪੁਰਖ ਰਾਏ। ਮਹਾਰਾਜ ਸਾਡੀ ਮਤ ਦੇ ਰੱਖੇ ਤੁਸੀਂ ਹੋ, ਕਿਤੇ ਮਤ ਜਿਹੜੀ ਬੁਰੇ ਪਾਸੇ ਨਾ ਚੱਲ ਜਾਏ, ਬੁੱਧ ਭ੍ਰਿਸ਼ਟ ਨਾ ਹੋ ਜਾਏ। ਮਹਾਰਾਜ ਸਾਡੀ ਪੱਤ ਦੇ ਵੀ ਤੁਸੀਂ ਰੱਖੇ ਹੋ, ਜਿਹੜੇ ਬੰਦੇ ਦੀ ਬੁੱਧ ਭ੍ਰਿਸ਼ਟ ਹੋ ਜਾਏ ਉਹਦੀ ਪੱਤ ਵੀ ਨਹੀਂ ਰਹਿੰਦੀ। ਵੱਡੇ ਵੱਡੇ ਬੰਦਿਆਂ ਦੀ ਪੱਤ ਗੁਆਚ ਗਈ, ਸਰੀਰ ਵਿੱਚ ਰਹਿੰਦੇ ਆ। ਇੱਕ ਹਕੂਮਤ ਵਿੱਚ ਸਤਸੰਗ ਤਿੰਨ ਟਰਨਾਂ 'ਚ ਬੰਦਾ ਮਿਨਿਸਟਰ ਰਿਹਾ ਹੋਵੇ, ਸਰੀਰ ਬਿਰਧ ਹੋ ਗਿਆ ਹੋਵੇ, ਪੋਤਿਆਂ ਦੋਹਤਿਆਂ ਵਾਲਾ ਹੋਵੇ, ਬੁੱਧ ਭ੍ਰਿਸ਼ਟ ਜਦੋਂ ਰੱਬ ਕਰ ਦਿੰਦਾ, ਉਦੋਂ ਵੇਖੋ ਕੀ ਖੇਹ ਸਿਰ 'ਚ ਪੈਂਦੀ ਹੈ। ਇਹ ਕੌਣ ਕਰਦਾ? ਕਿਉਂਕਿ ਗੁਰੂ ਵਾਲੀ ਮਤ ਨਹੀਂ ਹੈ ਸਾਡੇ ਕੋਲ,
ਇਸੇ ਲਈ ਸਿੱਖ ਨੇ ਗੁਰੂ ਕੋਲੋਂ ਮੰਗਣਿਆ ਮਹਾਰਾਜ ਵਿਵੇਕ ਬੁੱਧ ਦਿਓ। ਸਿੱਧਾ ਸਾਹਿਬ ਨੇ ਕਿਹਾ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਬਲੋ ਪਯੰਗਮ ਸਾਦੇ ਪੰਜ ਜਨਾ ਸਿਓ ਸੰਗ ਨਾ ਛੁੱਟ ਗਿਓ ਅਦਕਾਂ ਬੁੱਧ ਵਧੇ। ਮਹਾਰਾਜ ਫਿਰ ਕੀ ਕਰੀਏ? ਕਹਿੰਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਨੇਕਾ ਹਾਰ ਭਰਿਓ ਸੁਆਮੀ ਕੈ ਦੁਆਰ ਦੀਜੇ ਬੁੱਧ ਵਿਵੇਕਾ। ਕਹਿ ਗੁਰੂ ਨੂੰ ਤੈਨੂੰ ਵਿਵੇਕ ਬੁੱਧ ਦੇਵੇ ਗੁਰੂ, ਕਹਿ ਗੁਰੂ ਨੂੰ ਮਹਾਰਾਜ ਮੈਨੂੰ ਬੁੱਧ ਬਖਸ਼ੋ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਮਨ ਦਾ ਅਰਥ ਹੈ ਜਿਹਦੇ ਵਿੱਚ ਸੰਕਲਪ ਵਿਕਲਪ ਪੈਦਾ ਹੁੰਦੇ, ਇਹ ਚੰਗੇ ਮਾੜੇ ਖਿਆਲ ਸੋਚਦਾ ਰਹਿੰਦਾ ਮਨ। ਇੱਕ ਮਹਾਂਪੁਰਸ਼ਾਂ ਕੋਲ ਬੇਨਤੀ ਕੀਤੀ, ਕਹਿੰਦੇ ਜੀ ਜਦੋਂ ਬਾਣੀ ਪੜ੍ਹੀ ਦੀ ਮਨ 'ਚ ਫੁਰਨੇ ਬਹੁਤ ਹੋਰ ਤਰ੍ਹਾਂ ਦੇ ਆਉਂਦੇ, ਮਨ ਫੁਰਨੇ ਬਹੁਤ ਲੈਂਦਾ ਜੀ, ਇਹਦਾ ਕੋਈ ਇਲਾਜ ਦੱਸੋ। ਉਹ ਮਹਾਂਪੁਰਸ਼ ਹੱਸ ਪਏ, ਕਹਿੰਦੇ ਬੱਚੋ ਮਨ ਦਾ ਤਾਂ ਕੰਮ ਹੀ ਫੁਰਨੇ ਕਰਨਾ। ਮਨ ਦਾ ਕੀ ਹੈ? ਕਹਿੰਦੇ ਤਾਂ ਬਹੁਤ ਕੁਛ ਕਹਿੰਦਾ। ਕਹਿੰਦੇ ਬੇਟਾ ਤਨ ਨੂੰ ਸੰਭਾਲ ਕੇ ਰੱਖੋ, ਆਖੋ ਵਾਹਿਗੁਰੂ ਵਾਹਿਗੁਰੂ। ਮੈਂ ਹੈਰਾਨ ਹੁੰਦਾ ਜਦੋਂ ਲੋਕ ਇੰਨੀ ਗੰਭੀਰ ਕਥਾ ਵਿੱਚ ਵੀ ਕਿਤੇ ਹੋਰ ਨਿਕਲ ਜਾਂਦੇ ਨੇ। ਦੇਖੋ ਮਨ ਕਿਸ ਤਰ੍ਹਾਂ ਦਾ, ਮਨ ਮਤ ਬੁੱਧ ਦੀ ਕਥਾ ਵਿੱਚ ਵੀ ਅਸੀਂ ਕਿਤੇ ਹੋਰ ਚਲੇ ਜਾਂਦੇ। ਆਪੋ ਆਪਣੀ ਮਤ ਬੁੱਧ ਮਨ 'ਤੇ ਸੋਚ ਕੇ ਵੇਖੋ ਆਪਾਂ ਕਿੱਥੇ ਬੈਠੇ। ਮਹਾਂਪੁਰਸ਼ ਕਹਿੰਦੇ ਮਨ ਦਾ ਕੀ ਹੈ ਭਾਈ? ਇਹ ਤਾਂ ਬਹੁਤ ਕੁਝ ਕਹਿੰਦਾ। ਬੇਟੇ ਤਨ ਨੂੰ ਸੰਭਾਲ ਕੇ ਰੱਖੋ, ਸਹਿਜੇ ਸਹਿਜੇ ਮਨ ਵੱਸ ਜਾ ਜਾਏਗਾ। ਜਿਹਨਾਂ ਲੋਕਾਂ ਨੇ ਸ਼ੇਰ ਵੱਸ 'ਚ ਕੀਤੇ ਨਾ, ਸ਼ੇਰ ਵੱਸ 'ਚ ਨਹੀਂ ਆਉਂਦਾ। ਸਰਕਸ ਵਿੱਚ ਦੇਖਿਓ ਇਕੱਲਾ ਬੰਦਾ ਸ਼ੇਰ ਨੂੰ ਨਚਾਉਂਦਾ, ਪਤਾ ਕਿਉਂ? ਇੱਕ ਸ਼ੇਰ ਵਿੱਚ 10-20-50 ਬੰਦਿਆਂ ਜਿੰਨੀ ਤਾਕਤ ਹੈ, ਪਰ ਇਕੱਲਾ ਬੰਦਾ ਛਿਟੀ ਨਾਲ ਸ਼ੇਰ ਤੋਂ ਨਾਚ ਕਰਾਈ ਜਾਂਦਾ। ਉਹਦਾ ਰੀਜ਼ਨ ਇਹ ਹੈ, ਉਹਨੇ ਸ਼ੇਰ ਨੂੰ ਖੁਰਾਕ ਨਹੀਂ ਦਿੱਤੀ, ਸ਼ੇਰ ਨੂੰ ਕਮਜ਼ੋਰ ਰੱਖ ਲਿਆ, ਕਮਜ਼ੋਰੀ ਕਰਕੇ ਉਹ ਗੁਲਾਮ ਹੋ ਗਿਆ, ਔਰ ਗੁਲਾਮੀ ਹੋਣ ਕਰਕੇ ਸ਼ੇਰ ਉਹਦੀ ਮਰਜ਼ੀ 'ਚ ਚੱਲਦਾ ਹੈ। ਇੱਦਾਂ ਮਨ ਜਿਹੜਾ ਇਹ ਸ਼ੇਰ ਦੀ ਨਿਆਈ ਤਾਕਤਵਾਦ ਹੈ, ਇਹ ਵੱਡਿਆਂ ਵੱਡਿਆਂ ਨੂੰ ਭੰਗ ਕਰ ਦਿੰਦਾ, ਵੱਡਿਆਂ ਵੱਡਿਆਂ ਨੂੰ ਚੁੱਕ ਦਿੰਦਾ। ਫਿਰ ਇੱਕੋ ਹੀ ਗੱਲ ਹੈ, ਸਾਹਿਬ ਕਹਿੰਦੇ ਮਨ ਪਾਉਂਦੀ ਇਹਨੂੰ ਖੁਰਾਕ ਨਾ ਦੇਈ। ਇਹਨੇ ਤਾਂ ਬਹੁਤ ਕੁਝ ਕਹਿਣਾ, ਇਹਦਾ ਕਹਿਣਾ ਨਾ ਮਨ, ਉਹ ਮਨ ਦੀ ਖੁਰਾਕ ਮਨ ਨੂੰ ਨਾ ਦੇ, ਕਮਜ਼ੋਰ ਕਰ, ਸ਼ਬਦ ਜਪਣਾ ਸ਼ੁਰੂ ਕਰ। ਜਿੱਦਣ ਮਨ ਕਮਜ਼ੋਰ ਹੋ ਗਿਆ, ਦੇਖੀ ਸ਼ਬਦ ਦੀ ਛਿਟੀ ਨਾਲ ਤੇਰੇ ਮਗਰ ਮਗਰ ਤੁਰਦਾ, ਫਿਰ ਇਹਨੇ ਹੋਣਾ ਮਨ ਤੂੰ ਜੋਤ ਸਰੂਪ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਇਸੇ ਲਈ ਸਿੱਖ ਨੇ ਗੁਰੂ ਕੋਲੋਂ ਮੰਗਣਾ। ਤੁਸੀਂ ਦੋ ਵਾਰ ਜਪਜੀ ਸਾਹਿਬ 'ਚ ਪੜ੍ਹਿਆ, ਮੈਂ ਦੁਪਹਿਰੇ ਵੀ ਇੱਕ ਜਗ੍ਹਾ 'ਤੇ ਕਥਾ ਸੁਣਾਈ, ਮੈਨੂੰ ਇੱਕ ਮਹਾਂਪੁਰਸ਼ ਕਹਿੰਦੇ ਗਿਆਨੀ ਜੀ ਜਪਜੀ ਸਾਹਿਬ ਕਿੰਨੇ ਚਿਰ 'ਚ ਪੜ੍ਹ ਲੈਂਦੇ ਹੋ? ਮੈਂ ਕਿਹਾ ਜੀ 12-13 ਮਿੰਟਾਂ 'ਚ। ਆਪਣੇ ਆਪ ਨੂੰ ਤਾਂ ਮਾਣ ਕਰੀਦਾ ਵੀ ਚਲੋ 12-13 ਮਿੰਟਾਂ 'ਚ, ਮੈਂ ਕਿਹਾ ਸ਼ਾਬਾਸ਼ ਦੇਣਗੇ। ਕਹਿੰਦੇ ਅੱਛਾ ਜੀ 12-13 ਮਿੰਟਾਂ ਵਿੱਚ ਜਪਜੀ ਸਾਹਿਬ ਕਰ ਲੈਂਦੇ? ਮੈਂ ਕਿਹਾ ਹਾਂਜੀ। ਕਹਿੰਦੇ ਸਾਨੂੰ ਤਾਂ ਜਪਜੀ ਸਾਹਿਬ ਪੜ੍ਹਨ ਲੱਗਿਆਂ ਗਿਆਨੀ ਜੀ 50 ਮਿੰਟ ਵੀ ਲੱਗ ਜਾਂਦੇ। ਮੈਂ ਕਿਹਾ ਜੀ 50 ਮਿੰਟਾਂ 'ਚ ਤਾਂ ਪੂਰਾ ਨਿਤਨੇਮ ਕਰ ਲਈਦਾ। ਕਹਿੰਦੇ ਸਾਨੂੰ ਤਾਂ ਜਪਜੀ ਸਾਹਿਬ 'ਤੇ 50 ਮਿੰਟ ਲੱਗ ਜਾਂਦੇ। ਮੈਂ ਕਿਹਾ ਜੀ ਤੁਸੀਂ ਹੌਲੀ ਪੜ੍ਹਦੇ ਹੋਵੋਗੇ। ਫਿਰ ਜਿਹੜੀ ਗੱਲ ਉਹ ਬੰਦਗੀ ਵਾਲਿਆਂ ਨੇ ਕਹੀ, ਉਹ ਸਿਰ ਤੋਂ ਪੈਰਾਂ ਤੱਕ ਹਿਲਾਉਣ ਵਾਲੀ ਸੀ, ਜੇ ਕੋਈ ਦਿਲੋਂ ਸੋਚੇ ਉਹਨੂੰ, ਉਹ ਮਹਾਂਪੁਰਸ਼ ਪਿਆਰ ਵਾਲੇ ਬੋਲੇ। ਕਹਿੰਦੇ ਅੱਛਾ ਗਿਆਨੀ ਜੀ। ਕਹਿੰਦੇ ਬਸ ਜਪਜੀ ਸਾਹਿਬ ਪੜ੍ਹਦੇ ਹੀ ਹਾਂ।
ਗੱਲਾਂ ਨਹੀਂ ਕਰਦੇ ਗੁਰੂ ਨਾਨਕ ਸਾਹਿਬ ਨਾਲ। ਆਖੋ ਵਾਹਿਗੁਰੂ, ਕਹਿੰਦੇ ਜਪਜੀ ਸਾਹਿਬ ਪੜ੍ਹਦੇ ਹੀ ਆ, ਬਸ ਗੱਲਾਂ ਨਹੀਂ ਕਰਦੇ ਗੁਰੂ ਨਾਲ। ਮੈਂ ਕਿਹਾ ਜੀ ਗੱਲਾਂ ਕਿਵੇਂ ਕਰੀ ਦੀਆਂ, ਫਿਰ ਉਹ ਤੁਸੀਂ ਦੱਸ ਦਿਓ। ਗੱਲਾਂ ਕਿਵੇਂ ਕਰੀ ਦੀਆਂ, ਫਿਰ ਉਹ ਤੁਸੀਂ ਦੱਸੋ। ਉਹ ਕਹਿੰਦੇ ਗੱਲਾਂ ਹੀ ਆ ਨਾ, ਜਦੋਂ ਗੁਰੂ ਦੀ ਬਾਣੀ ਪੜ੍ਹੋ ਇੱਦਾਂ ਗੁਰੂ ਨੂੰ ਗੱਲਾਂ ਕਰਕੇ ਕਿਹਾ ਕਰੋ, ਹੇ ਸਤਿਗੁਰੂ ਜੀ ਮੈਨੂੰ ਇੱਕ ਅਕਲ ਦਿਓ, ਮੈਨੂੰ ਤੁਹਾਡਾ ਨਾਮ ਨਾ ਭੁੱਲੇ। ਕਹਿੰਦੇ ਗੱਲਾਂ ਹੀ ਆ। ਕਹਿੰਦੇ ਦੋ ਪੌੜੀਆਂ ਨਾਲ ਪੜ੍ਹਦੇ ਨਹੀਂ ਤੁਸੀਂ, ਗੁਰਾ ਹੇ ਸਤਿਗੁਰੂ ਜੀ ਪੜ੍ਹੋ, ਗੁਰਾ ਇੱਕ ਦੇ ਬੁਝਾਈ, ਬੁਝਾਈ ਦਾ ਅਰਥ ਅਕਲ ਮਤ ਬੁੱਧ, ਮਹਾਰਾਜ ਮੈਨੂੰ ਇੱਕ ਅਕਲ ਦਿਓ। ਪੜ੍ਹੋ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ, ਗੱਜ ਕੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਇੱਕ ਵਾਰ ਸਾਰੇ ਮੰਗੀਏ, ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਕਰੀਏ, ਗੁਰੂ ਨਾਲ ਗੱਲ ਕਹੀਏ। ਮੇਰੇ ਪਾਤਸ਼ਾਹ ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ ਗੁਰਾ ਇੱਕ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ, ਸਭਨਾ ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਾਹ ਸੋ ਮੈਂ। ਇੱਦਾਂ ਗੁਰੂ ਨਾਲ ਗੱਲ ਕਰਨੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਫਿਰ ਗੁਰੂ ਮਤ ਵੀ ਘੜੇਗਾ, ਬੁੱਧ ਵੀ ਘੜੇਗਾ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁੱਧ। ਕਹਿੰਦੇ ਫਿਰ ਤੇਰੀ ਬੁੱਧ ਵਿੱਚ ਇੰਨੀ ਉੱਚੀ ਸੁੱਧ ਹੋ ਜਾਣੀ, ਦੇਵਤਿਆਂ ਵਾਲੀ ਬੁੱਧ ਹੋ ਜਾਣੀ ਤੇਰੀ, ਦੇਵਤਿਆਂ ਵਾਲੀ ਤੇਰੀ ਅੱਖਾਂ ਦੀ ਦ੍ਰਿਸ਼ਟੀ ਦੇਵਤਿਆਂ ਵਾਲੀ ਹੋਣੀ ਹੈ। ਅੱਖਾਂ ਵੇਖਣਗੀਆਂ, ਮਾੜਾ ਡਿਸੀਜਨ ਨਹੀਂ ਲੈਣਗੀਆਂ। ਤੇਰੇ ਪੈਰ ਜਿਹੜੇ ਨੇ ਉਹ ਮਾੜੇ ਪਾਸੇ ਨਹੀਂ ਤੁਰਨਗੇ, ਤੇਰੇ ਹੱਥ ਮਾੜਾ ਕਰਮ ਨਹੀਂ ਕਰਨਗੇ। ਤੂੰ ਹਰ ਵਕਤ ਗੁਰੂ ਕੋਲੋਂ ਇਹ ਮਤ ਤੇ ਬੁੱਧ ਮੰਗਿਆ ਕਰ। ਮੈਨੂੰ ਖੁਸ਼ੀ ਹੋਈ, ਇੱਕ ਬੱਚੀ ਦਾ ਸਾਨੂੰ ਫੋਨ ਆਇਆ, ਇਹ ਹਜ਼ਾਰਾਂ ਫੋਨਾਂ ਤੋਂ ਬਾਅਦ ਇੱਦਾਂ ਦਾ ਫੋਨ ਆਉਂਦਾ ਕੋਈ। ਉਹ ਬੱਚੀ ਨੇ ਫੋਨ ਕੀਤਾ, ਕਹਿੰਦੀ ਬਾਬਾ ਜੀ, ਭਾਈ ਸਾਹਿਬ ਜੀ, ਕਹਿੰਦੀ ਅੰਕਲ ਜੀ ਤੁਹਾਨੂੰ ਇੱਕ ਬੇਨਤੀ ਕਰਨੀ ਹੈ। ਮੈਂ ਕਿਹਾ ਪੁੱਤ ਹੁਕਮ ਕਰੋ। ਉਹ ਕਹਿੰਦੀ ਬਾਬਾ ਜੀ, ਕਹਿੰਦੀ ਮੇਰਾ ਨਾ ਕਨੇਡਾ ਦਾ ਵੀਜ਼ਾ ਲੱਗਿਆ ਅਤੇ ਮੈਂ ਜਾਣਾ ਕਨੇਡਾ। ਮੈਂ ਕਿਹਾ ਵੀ ਲੋਕ ਵੀਜ਼ੇ ਤੋਂ ਪਹਿਲਾਂ ਫੋਨ ਕਰਦੇ ਵੀ ਫਾਈਲ ਲਾਈ ਹੋਈ ਹੈ, ਸਾਡਾ ਵੀਜ਼ਾ ਨਹੀਂ ਲੱਗਦਾ, ਆਈਲੈਟਸ ਦੇ ਬੈਂਡ ਨਹੀਂ ਆਉਂਦੇ, ਪੁੱਤ ਤੇਰਾ ਤਾਂ ਲੱਗ ਗਿਆ, ਤੂੰ ਹੁਣ ਕੀ ਬੇਨਤੀ ਕਰਨੀ ਹੈ। ਕਹਿੰਦੀ ਮੈਂ ਬਾਬਾ ਜੀ ਇੱਕ ਬੇਨਤੀ ਕਰਨੀ। ਕਹਿੰਦੀ ਤੁਸੀਂ ਤਾਂ ਮਹਾਰਾਜ ਦੀ ਕਥਾ ਸੁਣਾਉਂਦੇ, ਨੇੜੇ ਰਹਿੰਦੇ, ਕਹਿੰਦੀ ਮੇਰੇ ਲਈ ਇੱਕ ਅਰਦਾਸ ਕਰ ਦਿਓਗੇ। ਮੈਂ ਕਿਹਾ ਦੱਸੋ। ਕਹਿੰਦੀ ਮੈਂ ਕਨੇਡਾ ਜਾਣਾ। ਕਹਿੰਦੀ ਤੁਸੀਂ ਅਰਦਾਸ ਕਰ ਦਿਓ, ਕਹਿ ਦਿਓ ਦਸਵੇਂ ਪਾਤਸ਼ਾਹ ਨੂੰ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ,
ਕੈਨੇਡਾ ਦੀ ਧਰਤੀ ਤੇ ਵੀ ਨਾ ਆਪਣੀ ਧੀ ਨੂੰ ਆਪਣੀ ਧੀ ਬਣਾ ਕੇ ਰੱਖਿਓ। ਮਹਾਰਾਜ ਕਦੇ ਮੈਂ ਮਾਪਿਆਂ ਤੋਂ ਦੂਰ ਜਾ ਰਹੀ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਮੇਰੇ ਪਿਤਾ ਜੀ ਹੋ, ਮੈਨੂੰ ਨਾਲ ਰੱਖਿਓ, ਮੈਨੂੰ ਪਾਤਸ਼ਾਹ ਉੱਥੇ ਜਾ ਕੇ ਕਿਤੇ ਮੈਂ ਉਹ ਦੁਨੀਆਂ ਵਿੱਚ ਭੁੱਲ ਨਾ ਜਾਵਾਂ, ਮੇਰਾ ਨਿਤਨੇਮ ਨਾ ਟੁੱਟ ਜਾਏ, ਮੈਂ ਰਹਿਤ ਵਿੱਚ ਰਵਾਂ, ਮੈਨੂੰ ਆਪਣੀ ਧੀ ਬਣਾ ਕੇ ਰੱਖਿਓ। ਇਹ ਹਜ਼ਾਰਾਂ ਫੋਨਾਂ ਤੋਂ ਬਾਅਦ ਇੱਦਾਂ ਦੀ ਮੰਗ, ਇੰਨੀ ਛੋਟੀ ਉਮਰ 'ਚ ਇੰਨੀ ਉੱਚੀ ਸੋਝੀ, ਇਹ ਪਤਾ ਕਿਉਂ ਆਉਂਦੀ ਹੈ? ਕਿਸੇ ਦੀ ਸੰਗਤ ਵਿੱਚ ਘੜੀ ਗਈ ਹੈ ਮਤ, ਤਾਂ ਉਸ ਮਤ ਨੇ ਮੰਗਿਆ ਕਿ ਮੈਨੂੰ ਪਾਤਸ਼ਾਹ ਆਪਣੇ ਚਰਨਾਂ 'ਚ ਰੱਖਿਆ। ਇਹ ਸਾਹ ਸੰਗਤ ਵਿੱਚ ਚੰਗੀ ਸੰਗਤ ਵਿੱਚ ਘੜਿਆ ਜਾਂਦਾ ਹੈ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਕਦੇ ਵੇਖਿਓ ਸਾਹ ਸੰਗਤ ਕਿਸੇ ਸਵਾਰਥ ਕਰਕੇ ਕਦੇ ਕੋਈ ਗੁਰੂ ਤੋਂ ਰੁੱਸ ਜਾਂਦਾ ਹੈ, ਕਦੇ ਕੋਈ ਗੁਰੂ ਤੋਂ ਰੁੱਟ ਕੇ ਚਲੇ ਜਾਂਦਾ ਹੈ, ਕਦੇ ਕੋਈ ਗੁਰੂ ਦੀ ਨਿੰਦਿਆ ਕਰਦਾ ਹੈ, ਪਰ ਸਾਧ ਸੰਗਤ ਐਸੀ ਗੁਰੂ ਦੀ ਨਦਰ ਕਿਰਪਾ ਹੋਈ, ਜਿੱਦਣ ਮਤ ਘੜੀ ਗਈ ਉਦਣ ਕਿਸੇ ਦੀ ਸੰਗਤ ਕਰਕੇ ਗੁਰਮੁਖ ਦੀ ਮਤ ਘੜੀ ਗਈ ਉਹਨਾਂ ਦੀ, ਉਸ ਗੁਰਮੁਖ ਦੀ ਸੰਗਤ ਨਾਲ ਐਸੀ ਮਤ ਘੜੀ ਗਈ, ਆ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਢਹਿ ਪਏ। ਧੰਨ ਬਾਬਾ ਸੱਤਾ ਜੀ, ਧੰਨ ਬਾਬਾ ਬਲਵੰਡ ਜੀ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਢਹੇ। ਔਰ ਸਾਧ ਸੰਗਤ ਤੇ ਯਾਦ ਰੱਖਿਓ, ਅੱਖ ਵਿੱਚ ਇੱਕ ਕਿਣਕਾ ਕਿਤੇ ਲੋਭ ਲਾਲਚ ਸਿੰਸੇ ਦਾ ਪੈ ਜਾਏ, ਇਹ ਅੱਖ ਤੋਂ ਦਿਸਣਾ ਬੰਦ ਹੋ ਜਾਂਦਾ ਹੈ। ਜਿੱਦਣ ਪਛਤਾਵੇ ਦੇ ਹੰਝੂ ਅੱਖਾਂ ਵਿੱਚ ਆ ਜਾਣ, ਉਹ ਦੋ ਬੂੰਦਾਂ ਪਾਣੀ ਦੀਆਂ ਅੱਖ ਦੀ ਮੈਲ ਧੋ ਦਿੰਦੀਆਂ ਨੇ। ਔਰ ਦੋ ਬੂੰਦਾਂ ਪਛਤਾਵਾ ਗੁਰੂ ਚਰਨਾਂ ਵਿੱਚ ਢਹਿ ਪਏ, ਉਦਣ ਸਹਿ ਸਾਧ ਸੰਗਤ ਐਸੀ ਗੁਰੂ ਨੇ ਅੱਖ ਦਿੱਤੀ, ਜਿਹੜੀ ਅੱਖ ਨਾਲ ਬਾਬੇ ਸੱਤੇ ਬਲਵੰਡ ਨੇ ਗੁਰੂ ਨੂੰ ਵੇਖਿਆ, ਉਹ ਅੱਖ ਅਜੇ ਤੱਕ ਸਾਡੇ ਕੋਲ ਨਹੀਂ ਆਈ। ਹੈ ਤਾਂ ਗੁਰੂ ਦੇ ਕੀਰਤਨੀਏ ਸੀ ਨਾ, ਹੈ ਤਾਂ ਗੁਰੂ ਦੇ ਸਿੱਖ ਨਾ। ਜਦੋਂ ਗੁਰੂ ਨੇ ਮਤ ਬੁੱਧ ਘੜ ਦਿੱਤੀ, ਉਦਣ ਐਸੀ ਅੱਖ ਦਿੱਤੀ, ਜਿਹੜੀ ਅੱਖ ਨਾਲ ਬਾਬੇ ਸੱਤਾ ਧੰਨ ਬਾਬੇ ਬਲਵੰਡ ਨੇ ਮੇਰੇ ਗੁਰੂ ਨਾਨਕ ਨੂੰ ਵੇਖਿਆ, ਮੇਰੇ ਗੁਰੂ ਰਾਮਦਾਸ ਸਾਹਿਬ ਨੂੰ ਵੇਖਿਆ, ਉਹ ਅੱਖ ਅੱਜ ਤੱਕ ਸਾਡੇ ਕੋਲ ਨਹੀਂ ਆਈ। ਕੈਸੀ ਅੱਖ ਹੋਏਗੀ ਜਿਸ ਅੱਖ ਨਾਲ ਗੁਰੂ ਦੇ ਦਰਸ਼ਨ ਕਰਕੇ ਕਿਹਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਲਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੋਂ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ। ਹੇ ਗੁਰੂ ਰਾਮਦਾਸ ਸਾਹਿਬ, ਜਿਨ੍ਹਾਂ ਨੇ ਤੈਨੂੰ ਭਾਉ ਪ੍ਰੇਮ ਨਾਲ ਸਿਮਰਿਆ, ਧੰਨ ਗੁਰੂ ਰਾਮਦਾਸ ਮਹਾਰਾਜ, ਤੁਸੀਂ ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ। ਗੁਰੂ ਰਾਮਦਾਸ ਮਹਾਰਾਜ ਜਿਹਨੇ ਤੁਹਾਨੂੰ ਸਿਮਰਿਆ। ਮੇਰੇ ਇੱਕ ਸੱਜਣ ਨੇ ਬੈਂਕ ਵਿੱਚ ਮੈਨੇਜਰ ਨੇ, ਉਹਦੀ ਵਾਈਫ ਟੀਚਰ ਹੈ, ਕਈ ਸਾਲਾਂ ਉਹਦੇ ਔਲਾਦ ਨਹੀਂ ਹੋਈ ਵਿਚਾਰੇ ਨੇ, ਤਾਂ ਇੱਕ ਦਿਨ ਨਿਰਾਸ਼ ਹੋ ਗਿਆ ਥੋੜ੍ਹਾ ਜਿਹਾ, ਕਹਿੰਦਾ ਭਾਈ ਸਾਹਿਬ ਜੀ ਹੁਣ ਤਾਂ ਮਿਹਣੇ ਜਿਹਾ ਵੱਜਣ ਲੱਗ ਪਏ, ਨਾਲੇ ਉਹਨੇ ਅੱਖਾਂ ਭਰ ਲਈਆਂ। ਕਹਿੰਦਾ ਭਾਈ ਸਾਹਿਬ ਜੀ ਹੁਣ ਤਾਂ ਮਿਹਣੇ ਜਿਹਾ ਵੱਜਣ ਲੱਗ ਪਏ ਬਾਬਾ ਜੀ। ਮੈਂ ਕਿਹਾ ਕੋਈ ਗੱਲ ਨਹੀਂ, ਉਦਾਸ ਕਿਉਂ ਹੁੰਦੇ ਤੁਸੀਂ? ਕਹਿੰਦੇ ਇੰਨੇ ਸਾਲ ਹੋ ਗਏ ਜਦੋਂ ਉਹਨੇ ਅੱਖਾਂ ਭਰੀਆਂ ਨਾ, ਅਤੇ ਮੈਂ ਉਹਨੂੰ ਕਿਹਾ ਫਿਰ ਆਓ ਆਪਾਂ ਸਭ ਤੋਂ ਵੱਡੇ ਘਰ ਵਿੱਚ ਜਾਂਦੇ ਜਿੱਥੋਂ ਕੋਈ ਖਾਲੀ ਨਹੀਂ ਆਉਂਦਾ, ਆਓ ਉਸ ਘਰ ਤੋਂ ਮੰਗਦੇ ਹਾਂ ਜਿੱਥੋਂ ਕੋਈ ਖਾਲੀ ਨਹੀਂ ਕਦੇ ਮੁੜਦਾ, ਚਲੋ ਮੈਂ ਤੁਹਾਡੇ ਨਾਲ ਚੱਲਾਂ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਦਰਬਾਰ ਵਿੱਚ ਉਹ ਘਰੋਂ ਸ਼ਰਧਾ ਨਾਲ ਆਇਆ, ਅਜੇ ਤਾਂ ਗੱਡੀ ਵਿੱਚ ਪੈਰਾਂ 'ਚ ਜੋੜਾ ਨਹੀਂ ਉਹਨੇ ਪਾਇਆ, ਕਹਿੰਦੇ ਅੱਜ ਮੰਗਣ ਚੱਲੇ ਅਸੀਂ। ਔਰ ਐਸੀ ਭਾਵਨਾ ਨਾਲ ਮੰਗਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ,
ਇਹ ਤਾਂ ਦੁਨਿਆਵੀ ਚੀਜ਼ਾਂ ਕੁਝ ਵੀ ਨਹੀਂ, ਗੁਰੂ ਤਾਂ ਜਨਮ ਮਰਨ ਤੋਂ ਭਾਰ ਉਤਾਰ ਦਿੰਦਾ। ਅੱਜ ਜਦੋਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਗਏ, ਉਹਨੀ ਜੀਆਂ ਨੇ ਭਾਵਨਾ ਨਾਲ ਮੰਗਿਆ, ਧੰਨ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਗਏ, ਜਾਮਣੀ ਪੁਆਈ, ਐਸੀ ਨਜ਼ਰ ਹੋਈ। 11 ਮਹੀਨਿਆਂ ਬਾਅਦ ਇੱਕ ਖੁਸ਼ਖਬਰੀ ਆਈ, ਪਤਾ ਕੀ? ਮੇਰੇ ਗੁਰੂ ਰਾਮਦਾਸ ਮਹਾਰਾਜ ਨੇ ਦੁਨੀਆਂ ਦੇ ਲੋਕਾਂ ਦੀਆਂ ਜ਼ਬਾਨਾਂ ਬੰਦ ਕਰਾ ਦਿੱਤੀਆਂ, ਇੱਕ ਨਹੀਂ, ਉਹਨਾਂ ਨੂੰ ਫਿਰ ਜੋੜੇ ਬੱਚੇ ਦਿੱਤੇ, ਇੱਕ ਬੇਟਾ ਇੱਕ ਬੇਟੀ, ਦੋ ਦੰਦਾਂ ਹੋਈਆਂ, ਜੋੜੇ ਪੈਦਾ ਕੀਤੇ। ਜਦੋਂ ਗੁਰੂ ਜ਼ਬਾਨ ਬੰਦ ਕਰਾਉਣ 'ਤੇ ਆਉਂਦਾ ਨਾ, ਮਿਹਣੇ ਮਾਰਨ ਵਾਲਿਆਂ ਦੀਆਂ ਜ਼ਬਾਨਾਂ ਬੰਦ ਹੋ ਜਾਂਦੀਆਂ। ਫਿਰ ਇਹ ਉਹ ਘਰ ਹੈ ਜਿੱਥੇ ਜਿਨੀ ਤੂੰ ਸੇਵਿਆ ਭਾਉ ਕਰ, ਸਿੱਧ ਉਤਪਾਰ ਉਤਾਰਿਆ ਸਾਧ ਸੰਗਤ। ਉਸ ਧੰਨ ਗੁਰੂ ਰਾਮਦਾਸ ਮਹਾਰਾਜ ਬਾਰੇ ਫਿਰ ਸੱਤਾ ਬਲਵੰਡ ਜੀ ਨੇ ਕੈਸੀ ਅੱਖ ਨਾਲ ਦੀਦਾਰ ਕੀਤੇ, ਕਹਿੰਦੇ ਹੇ ਗੁਰੂ ਰਾਮਦਾਸ ਸਾਹਿਬ ਮਹਾਰਾਜ, ਜਿਨ ਸਿਰਿਆ ਤਿਨੇ ਸਵਾਰਿਆ। ਕਿਸੇ ਨੂੰ ਕਿਸੇ ਦੀ ਮਾਂ ਨੇ ਸਵਾਰਿਆ, ਕਿਸੇ ਨੂੰ ਕਿਸੇ ਦੇ ਪਿਓ ਨੇ ਸਵਾਰਿਆ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਉਹਨੇ ਸਵਾਰਿਆ ਜਿਹਨੇ ਤੁਹਾਨੂੰ ਸਿਰ ਦਿਆ। ਆਖੋ ਵਾਹਿਗੁਰੂ। 2-3 ਸਾਲ ਦੀ ਉਮਰ ਹੈ ਗੁਰੂ ਰਾਮਦਾਸ ਮਹਾਰਾਜ ਦੀ, 2-3 ਸਾਲ ਦੀ ਉਮਰ, ਵਿਹੜੇ ਵਿੱਚ ਘੁੰਮ ਰਹੇ ਨੇ, ਮਾਈਆਂ ਨੇ ਸੱਥਰ ਵਿਛਾ ਕੇ, ਮਾਈਆਂ ਰੋ ਰਹੀਆਂ ਨੇ, ਬੈਠੀਆਂ ਨੇ, ਲੋਕਾਂ ਦੀ ਭੀੜ ਲੱਗ ਗਈ ਹੈ, ਮੰਜੇ ਉੱਤੇ ਕਲਾਸ਼ ਚਿੱਟੇ ਕੱਪੜੇ ਨਾਲ ਢਕੀ ਹੋਈ ਹੈ, ਅਤੇ 2-3 ਸਾਲ ਦੀ ਉਮਰ ਹੋਣੀ। ਵਾਰ ਵਾਰ ਜਾ ਕੇ ਨਾ ਉਹ ਕੱਪੜਾ ਚੁੱਕ ਕੇ ਵੇਖਦੇ ਨੇ, ਪਤਾ ਕੌਣ ਹੈ? ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਦੀ ਮਾਂ ਗੁਜਰ ਗਈ ਹੈ। ਲੋਕ ਫਿਰ ਫੜ ਕੇ ਲਿਆਉਂਦੇ ਨੇ, ਜੇਠਿਆ ਮੂੰਹ ਢੱਕਦੇ, ਪਤਾ ਕਹਿੰਦੇ ਇਹ ਮਾਂ ਇੱਦਾਂ ਕਿਉਂ ਪਈ ਹੈ, ਮਾਂ ਤੂੰ ਉੱਠਦੀ ਕਿਉਂ ਨਹੀਂ? ਮਾਈਆਂ ਨੇ ਫੜ ਕੇ ਮਾਣਾ, ਪੁੱਤ ਹੁਣ ਤੇਰੀ ਮਾਂ ਨੇ ਕਦੇ ਨਹੀਂ ਉੱਠਣਾ, ਹੁਣ ਇਹਨੇ ਕਦੇ ਵੀ ਤੇਰੇ ਨਾਲ ਬੋਲਣਾ ਨਹੀਂ। ਪਿਓ ਨੇ ਦਿਲ 'ਤੇ ਪੱਥਰ ਰੱਖ ਕੇ ਭਾਈ ਜੇਠੇ ਨੂੰ ਕੁੱਛੜ ਚੁੱਕ ਕੇ ਲਿਆ ਕੇ ਝੋਲੀ ਬਿਠਾ ਲਿਆ, ਪੁੱਤ ਤੇਰੀ ਮਾਂ ਹੁਣ ਬੋਲੇਗੀ ਨਹੀਂ ਕਦੇ। ਬਾਪੂ ਕਿਉਂ? ਪਿਤਾ ਜੀ ਕਿਉਂ ਨਹੀਂ ਬੋਲਣੀ? ਕਹਿੰਦੇ ਪੁੱਤੇ ਮਰ ਗਈ ਹੈ। ਹੁਣ 2-3 ਸਾਲ ਦੀ ਉਮਰ 'ਚ ਕੀ ਪਤਾ ਹੁੰਦਾ ਮਰ ਕੀ ਗਿਆ। ਕਹਿੰਦੇ ਪੁੱਤ ਇਹ ਮਰ ਗਈ ਹੈ, ਜਿੱਦਣ ਚਿਖਾ ਵੱਲ ਚੁੱਕ ਕੇ ਲੈ ਕੇ ਗਏ, ਚਿਖਾ 'ਚ ਅੱਗ ਲਾਈ, ਉਂਗਲੀ ਪੜ ਕੇ ਪਿਤਾ ਜੀ ਆਪ ਨਾਲ ਲੈ ਕੇ ਗਏ। 2-3 ਸਾਲ ਦੀ ਉਮਰ 'ਚ ਵੇਖਿਆ ਮਾਂ ਦੇ ਸਰੀਰ ਨੂੰ ਚਿਖਾ ਵਿੱਚ ਅਗਨ ਭਿੰਡ ਕਰ ਦਿੱਤਾ ਹੈ। ਉਦਣ ਇੱਕ ਗੱਲ ਕਹੀ, ਮਾਂ ਤਾਂ ਕਹਿੰਦੀ ਸੀ ਮੈਂ ਤੇਰਾ ਨਾਮ ਜੇਠਾ ਰੱਖਿਆ, ਪੁੱਤ ਜੇਠੇ ਦੇ ਅਰਥ ਹੀ ਹੁੰਦੇ ਨੇ ਵੱਡਾ, ਪੁੱਤ ਮੈਂ ਤੈਨੂੰ ਇੰਨਾ ਵੱਡਾ ਕਰਨਾ ਹੈ, ਇੰਨਾ ਵੱਡਾ ਕਰਨਾ ਹੈ, ਲੋਕ ਵੇਖਣਗੇ ਮੇਰੇ ਪੁੱਤ ਨੂੰ ਕਿੰਨਾ ਵੱਡਾ ਬਣ ਗਿਆ। ਮਾਂ ਵੱਡਾ ਤਾਂ ਕੀ ਕਰਨਾ ਸੀ, ਤੂੰ ਮੈਨੂੰ ਸਰੀਰ ਕਰਕੇ ਵੀ ਵੱਡਾ ਕਰਕੇ ਨਹੀਂ ਗਈ, ਮੈਨੂੰ ਵੱਡਾ ਤਾਂ ਕੀ ਬਣਾਉਣਾ ਸੀ ਤੂੰ। ਸਾਧ ਸੰਗਤ, 3-4 ਸਾਲ ਹੋਰ ਲੰਘੇ, ਅਜੇ ਮਾਂ ਦਾ ਦੁੱਖ ਮਸਾਂ ਭੁੱਲਿਆ ਸੀ। ਇਤਿਹਾਸ ਕਹਿੰਦਾ ਠੋਕਰਾਂ ਵੱਜਣੀਆਂ ਸੀ ਨਾ ਤਾਂ ਇੰਨੇ ਉੱਚੇ ਹੋਣਾ ਸੀ। 7 ਸਾਲ ਦੀ ਉਮਰ ਹੋਈ, ਮਾਂ ਵਾਂਗ ਇੱਕ ਦਿਨ ਪਿਤਾ ਜੀ ਵੀ ਸੁੱਤੇ ਰਹਿ ਗਏ। 7 ਸਾਲ ਦੀ ਉਮਰ 'ਚ ਅਨਾਥ ਹੋ ਗਏ, ਸਭ ਕੁਝ ਛੱਡ ਕੇ ਉਹ ਚੁੰਨਾ ਮੰਡੀ ਲਾਹੌਰ ਜਿੱਥੇ ਹੀਰਿਆਂ ਦੇ ਕੰਨ ਤਰਾਸ਼ੇ ਜਾਂਦੇ ਸੀ। ਕਿਸੇ ਨੂੰ ਨਹੀਂ ਸੀ ਪਤਾ ਚੁੰਨਾ ਮੰਡੀ ਦੀ ਉਸ ਗਲੀ ਵਿੱਚ ਕੋਈ ਐਸਾ ਹੀਰਾ ਪੈਦਾ ਹੋਇਆ ਜਿਹਨੂੰ ਕੁੱਲ ਦੁਨੀਆ ਇੱਕ ਦਿਨ ਨਮਸਕਾਰ ਕਰੇਗੀ। ਅੱਜ ਨਾਨੀ 2 ਕੱਪੜੇ ਗੰਢ ਬੰਨ ਕੇ ਅਨਾਥ ਜਾਣ ਕੇ ਲੈ ਆਈ, ਕੁੰਕਣੀਆਂ ਵੇਚਣ ਵਾਲੇ ਨੂੰ ਇੱਕ ਦਿਨ ਐਸਾ ਰੱਬ ਨੇ ਘੜਿਆ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜਿਹਨੂੰ ਲੋਕ ਕਹਿੰਦੇ ਸੀ ਕੁੰਗਣੀਆਂ ਵੇਚਦਾ, ਜੇਠਾ ਹੈ, ਇਹਦੇ ਕੋਲ ਘਰ ਨਹੀਂ ਹੈ, ਰਹਿਣ ਵਾਸਤੇ ਕੁੱਲੀ ਹੈ, ਇਹਦੇ ਸਿਰ 'ਤੇ ਛੱਪ ਹੈ, ਕੁੰਗਣੀਆਂ ਵੇਚਦਾ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਨਜ਼ਰ ਦ੍ਰਿਸ਼ਟੀ ਹੋਈ। ਪਾਤਸ਼ਾਹ ਨੇ ਇੱਕ ਦਿਨ ਕਹਿ ਦਿੱਤਾ ਸੀ ਮਨਸਾ ਦੇਵੀ,
ਜਿੱਠੇ ਦਾ ਘਰ ਛੋਟਾ ਨਾ ਸਮਝ, ਇਹਦਾ ਘਰ ਤਾਂ ਬਹੁਤ ਵੱਡਾ ਬਣਨਾ। ਜਿੱਠੇ ਦੇ ਸਿਰ ਤੇ ਛਾਬਾ ਨਾ ਵੇਖ ਛੋਲੇ ਵੇਚਣ ਵਾਲਾ, ਇਹ ਮੇਰੀ ਨਜ਼ਰ ਨਾਲ ਵੇਖ, ਜਿੱਠੇ ਦੇ ਸਿਰ ਤੇ ਛਤਰ ਝੁੱਲਣਾ। ਜਿੱਠੇ ਦਾ ਘਰ ਛੋਟਾ ਨਹੀਂ, ਇੱਕ ਦਿਨ ਇੰਨਾ ਵੱਡਾ ਬਣਨਾ ਕੁੱਲ ਦੁਨੀਆ ਕਹੇਗੀ ਉਹ ਜਿੱਠੇ ਦੇ ਘਰ ਵਰਗਾ ਦੁਨੀਆ 'ਚ ਕੋਈ ਘਰ ਨਹੀਂ ਹੋਏਗਾ। ਜਿੱਠੇ ਦਾ ਘਰ ਅੱਜ ਘੁੰਗੜੀਆਂ ਵੇਚ ਕੇ ਚੱਲਦਾ, ਇੱਕ ਦਿਨ ਇਹਦਾ ਲੰਗਰ ਦਿਨ ਰਾਤ ਚੱਲਣਾ, ਲੱਖਾਂ ਲੋਕ ਛਕਣਗੇ। ਔਰ ਉਹ ਵਕਤ ਆਇਆ ਫਿਰ, ਜੇ ਮਾਂ ਕਹਿੰਦੀ ਸੀ ਮੇਰੇ ਜੇਠੇ ਨੇ ਬਹੁਤ ਉੱਚਾ ਹੋਣਾ, ਜੇਠੇ ਦਾ ਅਰਥ ਹੀ ਵੱਡਾ, ਮੇਰੇ ਜੇਠੇ ਨੇ ਵੱਡਾ ਬਣਨਾ। ਅੱਜ ਗੁਰੂ ਅਮਰਦਾਸ ਮਹਾਰਾਜ ਨੇ ਬਣਾ ਦਿੱਤਾ, ਕੁੱਲ ਦੁਨੀਆ ਤਖ਼ਤ ਸਿੰਘਾਸਣ ਤੇ ਬੈਠਿਆਂ ਵੇਖ ਕੇ ਕਹਿੰਦੀ ਸੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਪਾਤਸ਼ਾਹ ਤਖ਼ਤ ਸਿੰਘਾਸਣ ਤੇ ਬੈਠੇ। ਕੁੱਲ ਦੁਨੀਆ ਫਿਰ ਗਾਣ ਲੱਗ ਪਈ ਕਿ ਬੈਠਾ ਸੋਢੀ ਪਾਤਸ਼ਾਹ, ਘੁੰਗੜੀਆਂ ਵੇਚਣ ਵਾਲੇ ਨੂੰ ਪਾਤਸ਼ਾਹ ਬਣਾ ਦਿੱਤਾ। ਬੈਠਾ ਸੋਢੀ ਪਾਤਸ਼ਾਹ, ਪੜੋ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਇੱਕ ਵਾਰ ਪੜੋ, ਆਪਾਂ ਸਮਾਪਤੀ ਕਰੀਏ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੋ, ਮਿਲ ਕੇ ਪਿਆਰ ਨਾਲ ਕਹੋ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ, ਬੈਠਾ ਰਾਮਦਾਸ ਸਤਿਗੁਰੂ ਕਹਾਵੇ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਬੈਠਾ, ਬੈਠਾ ਸੋਢੀ, ਪੂਰਨ ਤਾਲ ਖਟਾਇਆ, ਪੂਰਨ ਤਾਲ ਖਟਾਇਆ, ਪੂਰਨ ਤਾਲ, ਪੂਰਨ ਤਾਲ, ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਅੰਮ੍ਰਿਤ ਸਰ ਵਿੱਚ ਜੋਤ ਜਗਾ, ਬੈਠਾ, ਬੈਠਾ ਸੋਢੀ ਪਾਤਸ਼ਾਹ। ਸਤਿਗੁਰ ਕਿਰਪਾ ਬਖਸ਼ਿਸ਼ ਕਰਨ, ਆਪਾਂ ਉਸ ਦਰ ਨਾਲ ਗੁਰੂ ਨਾਲ ਜੁੜ ਸਕੀਏ ਜਿਸ ਗੁਰੂ ਕੋਲ ਆ ਕੇ ਮਤ ਬੁੱਧ ਮਨ ਘੜਿਆ ਜਾਂਦਾ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਉਹਦੇ ਲਈ ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਕਿਰਪਾ ਕਰੋ, ਆਪਣੇ ਚਰਨਾਂ 'ਚੋਂ ਵਿਵੇਕ ਬੁੱਧ ਬਖਸ਼ੋ, ਹਾਰ ਭਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਹੋਵੇਗਾ। ਉੱਠਦਿਆਂ ਬਹਿੰਦਿਆਂ ਨਾਮ ਜਪੋ, ਬਾਣੀ ਪੜ੍ਹੋ, ਅੰਮ੍ਰਿਤ ਛਕੋ, ਇਹ ਜੀਵਨ ਜਨਮ ਸਫਲ ਹੋਵੇ।